ਅਸੀਂ ਬਾਈ ਪੜੇ ਨਹੀਂਗੇ ਇਹ ਚੀਜ਼ ਤਾਂ ਪੱਕੀ ਆ ਪਰ ਕੜੇ ਆ ਪੜਿਆ ਬੰਦਾ ਮਾਰ ਖਾ ਜੂਗਾ ਕਦੀ ਕੜਿਆ ਬੰਦਾ ਮਾਰ ਨਹੀਂ ਖਾਊਗਾ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਅਸੀਂ ਡਾਇਰੈਕਟ ਡੀਜੀਪੀ ਨਹੀਂ ਲੱਗੇ ਅਸੀਂ ਝਾੜੂ ਪੋਚੇ ਤੋਂ ਇੱਥੇ ਪਹੁੰਚੇ ਹਾਂ ਯਾਨੀ ਕਿ ਕਈਆਂ ਨੂੰ ਜੰਮਦਿਆਂ ਨੂੰ ਸੋਨੇ ਦੇ ਚਮਚ 'ਚ ਦੁੱਧ ਮਿਲਦਾ ਵਾ ਅਸੀਂ ਉਹ ਦਿਨ ਨਹੀਂ ਦੇਖੇ ਬਟ ਅਸੀਂ ਅੱਜ ਇੱਥੇ ਪਹੁੰਚੇ ਹਾਂ ਉਹਨਾਂ ਨਾਲੋਂ ਘੱਟ ਵੀ ਨਹੀਂਗੇ ਹੁਣ ਕੰਪੀਟੀਸ਼ਨ ਦਾ ਦੌਰ ਆ ਕੰਪੀਟੀਸ਼ਨ ਦੇ ਦੌਰ ਦੇ ਵਿੱਚ ਹੀ ਕੰਮ ਕਰਨ ਦਾ ਮਜ਼ਾ ਆਉਂਦਾ ਵਾ ਤਾਂ ਪਤਾ ਲੱਗਦਾ ਕੌਣ ਭਾਰਾ ਵਾ ਅਤੇ ਕੌਣ ਹਲਕਾ ਵਾ ਅਤੇ ਕੰਪੀਟੀਸ਼ਨ ਦੇ ਵਿੱਚ ਹੀ ਕਸਟਮਰ ਦਾ ਫਾਇਦਾ ਹੁੰਦਾ ਵਾ ਕੋਈ 450 ਨਹੀਂ ਕੋਈ 550 ਨਹੀਂ ਤੁਹਾਨੂੰ ਫੈਂਸੀ ਕਲੈਕਸ਼ਨ 'ਤੇ ਆਉਣ ਦਾ ਕੀ ਫਾਇਦਾ ਵਾ ਵੀ ਵੱਧ ਅਸੀਂ ਮੰਗਣੇ ਨਹੀਂ ਅਤੇ ਘੱਟ ਅਸੀਂ ਕਰਨੇ ਨਹੀਂ ਇਹ ਤੁਹਾਨੂੰ 250 ਦਾ ਸੂਟ ਪੈਣਾ ਔਰ ਰੋਜ਼ ਨਵੇਂ ਪਕੌੜੇ ਆਉਂਦੇ ਤਾਜ਼ੇ ਪਕੌੜੇ ਆਉਂਦੇ ਅਤੇ ਰੋਜ਼ ਨਵੇਂ ਡਿਜ਼ਾਈਨ ਮਿਲੂਗੇ ਭਾਰੇ ਦੁਪੱਟੇ ਲੈਂਥਾਂ ਦੇਖੋ ਸੂਟ ਦੀਆਂ ਜਿੰਨੇ ਮਰਜ਼ੀ ਯਾਨੀ ਕਿ ਕੁੜੀ ਦੀ ਹਾਈਟ ਹੋਵੇ ਬਣੂਗਾ ਇਹ ਮਾਇਆ ਹੇਰਾ ਫੇਰੀ ਹੈ ਨਾ ਤੇਰੀ ਏ ਨਾ ਮੇਰੀ ਏ ਇਸ ਜਿਸ ਮਾਇਆ ਨੂੰ ਸਮਝੇ ਆਪਣੇ ਕੱਲ੍ਹ ਉਹ ਰਾਖ ਦੀ ਢੇਰੀ ਏ ਇਹੀ ਹਕੀਕਤ ਤੇਰੀ ਏ ਇਹੀ ਹਕੀਕਤ ਮੇਰੀ ਏ ਇਹੀ ਹਕੀਕਤ ਸਭ ਦੀ ਹੈ ਇਹੀ ਹਕੀਕਤ ਕੱਲ੍ਹ ਦੀ ਸੀ ਇਹੀ ਹਕੀਕਤ ਅੱਜ ਦੀ ਹੈ ਇਹੀ ਹਕੀਕਤ ਜੱਗ ਦੀ ਹੈ ਸਿੱਖ ਧਰਮ ਤੋਂ ਸੀਗੇ ਉਹਨਾਂ ਨੇ ਉਹ ਸ਼੍ਰੀ ਸਾਹਿਬ ਪਾਇਆ ਸੀ ਅੰਮ੍ਰਿਤ ਛਕਿਆ ਸੀ ਮੇਰੇ ਲਈ ਉਹ ਪਰਮਾਤਮਾ ਦਾ ਰੂਪ ਬਣ ਕੇ ਆਏ ਅੱਜ ਜੇ ਮੈਂ ਇੱਥੇ ਹਾਂ ਉਹਨਾਂ ਦੀ ਬਦੌਲਤ ਆ ਮੈਨੂੰ ਅੱਜ ਤੱਕ ਉਹ ਮਾਤਾ ਮਿਲੀ ਨਹੀਂ ਰਹਿਣਾ ਤਾਂ ਪਤਾ ਨਹੀਂ ਆਪਾਂ ਵੀ ਹਾਂ ਕਿ ਨਹੀਂ ਰਹਿਣਾ ਕਦ ਕਿੰਨੀ ਦੇਰ ਰਹਿਣਾ ਉਹ ਵੀ ਵਿਚਾਰੀ ਪਤਾ ਨਹੀਂ ਜਿੱਥੇ ਵੀ ਹੋਵੇ ਰਾਜੀ ਰਹੇ ਮੇਰੀ ਲਾਈਫ ਬਦਲਣ ਵਾਲੀ ਉਹ ਆ ਮੇਰੇ ਨਾ ਲੱਤਾਂ ਕੰਬਲ ਲੱਗ ਪਈਆਂ ਵੀ ਇਹਨੇ ਤਾਂ ਮਰੇ ਉੱਤੇ ਦੇਣੀ ਆ ਮਰਨਾ ਸਾਰਿਆਂ ਨੇ ਮੈਂ ਉਹਨੂੰ ਕਹਿੰਦਾ ਬੀਬੀ ਪੈਸੇ ਦੇ ਚਾਹੇ ਨਾ ਦੇ ਐਂਡ ਸਾਰਿਆਂ ਨੇ ਮਰਨਾ ਤੂੰ ਜੋ ਮਰਜ਼ੀ ਦੇ ਦੇ ਉਹ ਕਹਿੰਦੀ ਮੈਂ ਬਾਬੇ ਨਾਨਕ ਦੀ ਤੇਰਾ ਤੇਰਾ ਦੇਣੀ ਆ ਬਟ ਮੇਰੇ ਹੱਥ ਕੰਬਦੇ ਪਏ ਆ ਕਹਿੰਦੀ ਪੁੱਤ ਘੱਟ ਵਾ ਅਤੇ ਹੋਰ ਲੈ ਲੈ ਉਹ ਮੈਨੂੰ ਕਹਿ ਰਹੀ ਆ ਮੈਂ ਕਿਹਾ ਨਹੀਂ ਮਾਤਾ ਠੀਕ ਆ ਇਸ ਦੁਕਾਨ ਦੇ ਉੱਤੇ ਜਿਹੜਾ ਸਾਨੂੰ ਫਾਇਦਾ ਬਹੁਤ ਜ਼ਿਆਦਾ ਹੈ ਜੋ ਵੀ ਇਹ ਦੱਸਦੇ ਉਹੀ ਸਾਨੂੰ ਦਿਖਾਲਦੇ ਉਹੀ ਸਾਨੂੰ ਦੇ ਰਹੇ ਆ ਪੂਰਾ ਬਾਜ਼ਾਰ ਭਰਿਆ ਪਿਆ ਕਸਟਮਰਾਂ ਲਈ ਜਿੱਥੇ ਮਰਜ਼ੀ ਅਗਲਾ ਜਾ ਸਕਦਾ ਸਾਡੇ 'ਚ ਜੇ ਕੁਆਲਿਟੀ ਹੈਗੀ ਆ ਜਾਂ ਕੋਈ ਗੁਣ ਹੈਗਾ ਤਾਂ ਹੀ ਕਸਟਮਰ ਸਾਡੇ ਕੋਲ ਆਉਂਦਾ ਕੋਈ 1200 ਨਹੀਂ ਕੋਈ 1300 ਨਹੀਂ ਹਿੱਲਣ ਨੂੰ ਸਾਡਾ ਵੀ ਮੂੰਹ ਹੀ ਹਿੱਲਣਾ ਮੈਂ ਅੱਗੇ ਵੀ ਕਹਿੰਦਾ ਆਇਆ ਟਿਕਟ ਰੇਲ ਗੱਡੀ ਦੇ ਝੂਟੇ ਹਵਾਈ ਜਹਾਜ਼ ਦੇ 500 ਅਤੇ 95 ਰੁਪਏ ਦਾ ਸੂਟ ਕਿੰਨੇ ਸੂਟ ਖਰੀਦ ਲਏ ਹੁਣ ਤੱਕ ਹਾਂਜੀ ਹੁਣ ਘਰ ਹਾਂਜੀ 40-45 ਸੂਟ ਖਰੀਦ ਲਏ ਵਰਾਇਟੀ ਤੁਹਾਨੂੰ ਵਧੀਆ ਲੱਗੀ ਇੱਥੇ ਹਾਂਜੀ ਬਹੁਤ ਵਧੀਆ ਲੱਗੀ ਜੀ 3 ਸਾਲ ਹੋ ਗਏ ਆ ਅਸੀਂ ਇਹਨਾਂ ਤੋਂ ਕੱਪੜਾ ਲਿਜਾਂਦੇ ਹਾਂ ਕੱਪੜਾ ਬਹੁਤ ਵਧੀਆ ਆ ਜੋ ਸਾਡੇ ਗਿਆਨੀ ਸਾਹਿਬ ਆ ਇਹ ਪਹਿਲਾਂ ਕੱਪੜਾ ਇੱਥੇ ਲਿਜਾਂਦੇ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹ ਜਿਹੜੇ ਬੰਦੇ ਆ ਉਹ ਦੁਕਾਨ ਜਿਹੜੀ ਆ ਉੱਥੋਂ ਬਹੁਤ ਵਧੀਆ ਕੱਪੜਾ ਮਿਲਦਾ ਆ ਕਿਉਂਕਿ ਅਸੀਂ ਇਸ ਕਰਕੇ ਇੱਥੇ ਆਏ ਹਾਂ ਉਹਨਾਂ ਦੇ ਵਿਸ਼ਵਾਸ 'ਤੇ ਕਿਉਂਕਿ ਉਹ ਇਹਨਾਂ 'ਤੇ ਵਿਸ਼ਵਾਸ ਕਰਦੇ ਨੇ ਇਫ ਯੂ ਵਾਂਟ ਸਮਥਿੰਗ ਡਿਫਰੈਂਟ ਪਲੀਜ਼ ਵਿਜ਼ਿਟ ਟੂ ਫੈਂਸੀ ਕਲੈਕਸ਼ਨ ਯਾ ਐਮ ਆਈ ਰਾਈਟ ਬਾਈ ਜੀ ਮੈਨੂੰ ਲੱਗਦਾ ਤੁਹਾਨੂੰ ਤਾਂ ਅਮਰੀਕਾ ਦੀ ਐਮਬੈਸੀ ਵਿੱਚ ਜਾ ਕੇ ਇੰਟਰਵਿਊ ਤੁਸੀਂ ਬੜੀ ਛੇਤੀ ਕਲੀਅਰ ਕਰ ਲੈਣੀ ਅੰਗਰੇਜ਼ੀ ਬਹੁਤ ਤਕੜੀ ਤੁਹਾਡੀ ਹੈ ਨਾ ਲੈ ਉਹਦੇ 'ਚ ਹੱਥ ਮਾਰ ਦੇ ਦੀ ਭਾਜੀ ਕਿੱਥੋਂ ਹੱਥ ਪੜੇ ਥੋੜ੍ਹਾ ਵਾ 2-4 ਅੰਗਰੇਜ਼ੀ 'ਚ ਹੋਰ ਗੱਲਾਂ ਸੁਣਾ ਦਿਓ ਨਾ ਮੈਨੂੰ ਆਉਂਦੀ ਨਹੀਂ ਹੇ ਗਾਇਸ ਹੈਲੋ ਲਿਸਨ ਟੂ ਮੀ ਸਿਟ ਡਾਊਨ ਦਾ ਪੁੰਜੇ ਐਨ ਆਰ ਆਈਆਂ ਦੀ ਜਾਨ ਅਤੇ ਸ਼ਾਨ ਬਹੁਤ ਹੀ ਪਿਆਰਾ ਕਲਰ ਆ ਦੇਖੋ ਮੈਂ ਤਾਂ ਆਪਣੀ ਵਡਿਆਈ ਖੁਦ ਕਰਾਂ ਮੈਂ 1 ਲੱਖ ਦਾ ਕੱਪੜਾ 30,000 ਚ ਦੇ ਦੂੰਗਾ ਮੈਂ 1 ਲੱਖ ਦਾ ਕੱਪੜਾ 50,000 ਚ ਦੇ ਦੂੰਗਾ ਨਹੀਂ ਇਹ ਵਡਿਆਈ ਉਹ ਕਰਨਗੇ ਜਿਹੜੇ ਆਉਂਦੇ ਆ ਇਹ ਉਹਨਾਂ ਕੋਲ ਪੁੱਛੋ ਅੰਕਲ ਜੀ 1 ਲੱਖ ਦਾ ਕੱਪੜਾ ਮੇਰੀ ਦੁਕਾਨ ਤੋਂ ਕਿੰਨੇ ਦਾ ਮਿਲਦਾ ਜਿਹੜਾ 1 ਲੱਖ ਦਾ ਸਾਨੂੰ ਤਕਰੀਬਨ 50,000 ਤੋਂ ਥੱਲੇ ਮਿਲਦਾ ਜੀ 50,000 ਦੇ ਵਿੱਚ ਵਿੱਚ 50-45 ਦੇ ਵਿੱਚ ਵਿੱਚ ਸਾਨੂੰ ਮਿਲਦਾ ਤੁਹਾਡਾ ਇੱਕ ਮਹਿੰਗਾ ਸੂਟ ਵੇਚਿਆ ਨਾ ਮੈਨੂੰ ਸੜਕਾਂ 'ਤੇ ਵੀ ਲਿਆ ਸਕਦਾ ਲਿਆ ਨਹੀਂ ਲਿਆ ਸਕਦਾ ਮੇਰੀ ਇੱਕ ਵੀ ਕਮੀ ਨੂੰ ਲੋਕਾਂ ਨੇ ਇੱਥੇ ਤੱਕ ਲੈ ਜਾਣਾ ਵੀ ਇਹ ਤਾਂ ਇੱਦਾਂ ਕਰਦੇ ਫੈਂਸੀ ਕਲੈਕਸ਼ਨ ਫਰੋਡ ਕਰਦੇ ਨਾ ਫਰੋਡ ਕੀਤਾ ਸੀ ਨਾ ਕੀਤਾ ਕਰਾਂ ਯਾਨੀ ਕਰਦੇ ਹਾਂ ਨਾ ਕਰਾਂਗੇ ਪਿਓਰ ਸਿਲਕ ਦੇ ਵਿੱਚ ਬਾਹਾਂ ਕੱਢੀਆਂ ਸਲਵਾਰ ਕੱਢੀ ਆ ਦੇਖੋ ਪੂਰਾ ਫਰੰਟ ਕੱਢਿਆ 1995 2295 ਰੁਪਏ ਦਾ ਜੇ ਤੁਹਾਨੂੰ ਕੋਈ 2495 ਦਾ ਦਿੰਦਾ ਲਈਓ ਨਹੀਂ ਤਾਂ ਫੈਂਸੀ ਕਲੈਕਸ਼ਨ ਵਾਲਾ ਤੁਹਾਡਾ ਭਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਜਦੋਂ ਮਰਜ਼ੀ ਅੱਖਾਂ ਮੀਚ ਕੇ ਆ ਜੀਓ ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਦੀਪ ਸਿੰਘ ਤੱਗੜ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਰੈਣ ਗੁਜ਼ਾਰ ਫੈਂਸੀ ਕਲੈਕਸ਼ਨ 'ਤੇ ਬਹੁਤ ਟਾਈਮ ਹੋ ਗਿਆ ਸੀ ਅਤੇ ਲੋਕਾਂ ਦੀਆਂ ਕਾਫੀ ਡਿਮਾਂਡ ਸੀ ਲੋਕ ਕਹਿੰਦੇ ਸੀਗੇ ਵੀ ਫੈਂਸੀ ਕਲੈਕਸ਼ਨ 'ਤੇ ਜਾਓ ਅਤੇ ਸਾਨੂੰ ਵਰਾਇਟੀ ਦਿਖਾਓ ਕਿਉਂਕਿ
वैडिंग सीजन आ चुका आ। नैयर साहब बहुत सारी डिमांड साड़ी वधदी जा रही है, जिवें जिवें सीजन आ रहा तो क्रेजी हो रहे लोग कहिंदे भी फैंसी कलैक्शन ने साडा पिछले साल बहुत साथ दिता सीगा, भी असी पैसे बहुत साडे बचे सीगे, जिन्ने के पैसे साडे नैयर साहब बचा लैंदे सी असीं होर तां यूज़ कर लैंदे सीगे। सो इस बार की वरायटी आ चुकी है दाईवरी वाली, किदां दी वरायटी आ, रेट वधे आ जां उही आ? सब तो पहला साझ टीवी देख रहे सारे स्रोतियों मेरे वालों प्यार भरी सत श्री अकाल नमस्कार ते आदाब। बाकी वरायटी बहुत आई आ, उपर बैठ के देखते दे, आप नवे पार्सल आए हैं तो डिजाइनिंग दिखाना वा तो वरायटी जिमें पहला शुरुआत कर देंगे दे बहुत घट रेंज तो अज भी रेंजा उ नहीं? रेंज तो मेरे को शुरू तो 150 तो लैके एंड कोई नहीं है। 150 वाला सूट तो पिछले साल दिता से उदो रेट उट घट से आ पेट्रोल डीजल धागे धुगे कहते हूँ बहुत वध गए हूँ भी 150 का हूँ बताता रेट बिल्कुल 150 का 150 का ही मिलेगा। मैं जी चीज़ महंगी होचनी बंद कर दूंगा बट ये नहीं कि वधा के बेचूंगा। तो यू कहें दलेरी दलेर बंदा हमेशा कामयाब हों जो पहला रेट से उस रेटा अज भी सूट इतने दिते जा रहे हैं। सो थानू हूँ असं दिखावे वरायटी तो तुम देखो कि पसंद थानू वरायटी आँदी है तुम इन तो ऑनलाइन शॉपिंग कर सकते हो। उपर चलते हम दिखाने वरायटी। सो हम आप दिखावे वरायटी क्योंकि दाईवरी के लोगों ने हूँ शॉपिंग करनी शुरू कर दी अज इतने भी जरा कि देख सकते हो भी परिवारों परिवार जे कि बजुर्ग आए हुए इन्होंने घर भी ब्याह हैगा तो वैडिंग जी आदि शॉपिंग कर रहे हैं। सो भाई जी दूरों दूरों लोग आते हैं है ना, हूँ सीजन शुरू हो गया पहला वैसे तो गर्मियों के भी वो प्राइस दे दते सितंबर का महीना शुरू हो गया कहें भी सितंबर अक्टूबर नवंबर दिसंबर जनवरी फरवरी तक जान के बहुत तकड़ा सीन होंगे कपड़े का है ना, तो ये अज वरायटी इदा ही दिखा दो लोग कहन भी जे पहला साल पहला फैंसी कलैक्शन ने एक वधिया रेंज शो की अज भी अपने बोलों से अपने रेटा कायम है। ये तुसी डिसाइड करना कि रेंज घट आ कि वरायटी वधिया वा। हुण कॉम्पीटिशन का दौर आ, कॉम्पीटिशन के दौर के ही काम करन का मज़ा आता वा तो पता लगता कौन भारा वा तो कौन हल्का वा, तो कॉम्पीटिशन के ही कस्टमर का फायदा होंदा वा। तो हुण मैं तुहानू वरायटी दिखा जा रहा स्टार्टिंग रेंज तुहानू पता जिवें कि साडी शॉप के 150 तो सूट शुरू हो जाता। फैंसी कलैक्शन अपने आप पहली इहोजी शॉप आ जिन्हें 5 मीटर कपड़ा 150 दे विच विद दुपट्टा दिता वा। इस चीज़ नूं तुसीं जाणोगे ओं तां सूट 68 रुपए तो भी शुरू हो जाता बट वह सूट नहीं हुंदा, कहन नूं सूट हुंदा उहदी कल्ली शर्ट भी नहीं बनती। तो असीं 150 च इहो जिहा सूट मुहैया कराया सी गाहकां नूं जिहड़ा सूट बने भी तो इस्तेमाल भी हो सकदे घर वास्ते तो किसी नूं गिफ्ट भी कर सकदे। हुण जिहड़ी मैं तुहानूं वरायटी दिखाउण जा रहा वा ये देखो फोटोआं वाले डिजाइन आ जी, भारे दुपट्टे आणगे कलर ये 8 आएंगे डिजाइन ये 10 आएंगे। दुपट्टा देखो कितना हैवी है सर, यदा गला घेरा दोनों बने हुए हैं। कलर दिखाओ जी, आ फोटो वाला डिजाइन है जी, कोई 450 नहीं कोई 550 नहीं। तुहानू फैंसी कलैक्शन से आने का की फायदा वा भी वध असी मंगने नहीं तो घट असी करने नहीं। ये तुहानू 250 का सूट पैना 250 रुपए का। हाँ जी दुपट्टा पूरा हैवी 250। लोग भी जागरूक हो गए, दुकानदार भी जागरूक हो गए, कस्टमर भी जागरूक हो गए काम करन दा मजा। मैं तुहानू अगे भी कही कॉम्पीटिशन चा कॉम्पीटिशन दे विच ही कस्टमर का फायदा होंदा वा। तुसी देखो साडे रेट देखो साडी क्वालिटी देखो फिर तुसी डिसाइड करना वाकई चीज़ा हैगियां वा। आ देखो जी वैसे तो मेरे को 250 दे विच बहुत वरायटी आ, फिर रीसेलर लई मगर कुछ नहीं बचता। आलो जी बेंगलोरी शिफोन का दुपट्टा, दुपट्टे दे वर्क कॉन्ट्रास्ट सूट आएगा 295 का 295 रुपए का लटकन लगे हुए आ। दुपट्टे दे वर्क आ, दुपट्टे दे लैस भी लगी हुई। कलर किन्ने के? 4 कलर आने, नहीं 8 कलर आने, 4 आइसक्रीम 4 डार्क। तो इस तो बाद जी मैं तुम्हें वरायटी दिखा लगा स्टैप वाइज स्टैप आप बदे जावे ठीक है ना। हाँ देखो सर ये तो आप बादशाह वा कस्टमर ना लैन देन ले मंगता साढ़े को ना 350 वाला सूट दिखा दो लैन देन वास्ते। तो जो आप वरायटी खोलते ना वह कहते तो साढ़े पाने भी कोई माड़ा नहीं चीज़ वधिया वा। आ देखो जी 350 दे विच दुपट्टा 4 साइड बॉर्डर कलर ये भी बहुत सोहने आ। आ देखो फोटो वाले डिजाइन ओनली 350 बंद मुठे आ सर, पैकिंग भी नहीं खोली। आ देखो और रोज़ नवे पकौड़े आते ताज़े पकौड़े आते तो रोज़ नवे डिजाइन मिलूंगे भारे दुपट्टे। लेंथा देखो सूट दियाँ जिन्नी मर्जी यानी कि कुड़ी की हाइट हो बनूगा 350 जाल दुपट्टे दे विच। जस्सी भाई आ देखो फोटो वाले डिजाइन आ, फोटो दे कैमरा मारो। आलो जी क्रेप दे विच साडी दुकान दी शान जिहड़ी मेरी अपनी मोनोपली है
हैंडवर्क प्लस थ्रैडवर्क 350। हाँ देखो कलर इस भी बहुत डिजाइन बनते हैं साढ़े को, एक आ डिजाइन आता 350 के। हाँ देखो ये कितना हैवी है, किसी प्रेजेंट करना अपने वास्ते पाना। हुण क्रेप अगला जिहड़ा सीजन आ रहा, होर महीने दो महीने की क्रेप ही चलनी है। भाजी वैसे तो दुकानदार इदा करते होंगे भी कहते जो सीजन आ जाता उदो 50-100 रुपया या 200 रुपया बढ़ा दो है ना सस्ते सूटों के भी, पर करके शॉपिंग भी ज़्यादा करनी होंगी, लोगों ने आना भी ज़्यादा होंगे। तुम तो जिमें ऑफ सीजन के घट रेट से बेचे आ, अज जेकर सीजन तेजी से भी है तो भी घट रेंज बेच रहे हो ना। देखो ब्रदर गल आ जाती पैसे की, साडा मार्जन है बिल्कुल थोड़ा जहा, शुरू तो असं थोड़ा जहा मार्जन रखे वह की है, दौलत और शोहरत दोनों ही कमानी है। दौलत तो सारी दुनिया कमाती है, जे आप शोहरत भी कमाई वह बेनीफिट है। रीज़न माया, माया पिछे सारी दुनिया भजी फिरती, माया कि हुई ये माया हेरा फेरी है, ना तेरी है ना मेरी है। इस जिस माया नू समझे अपने कल और राख दी ढेरी है, यही हकीकत तेरी है, यही हकीकत मेरी है, यही हकीकत सब दी है, यही हकीकत कल दी सी, यही हकीकत अज दी है, यही हकीकत जग दी है। वह बंदे कुछ करम कमा अमला वाजो कौन गवा, सब झूठे ने भैन भरा किसी ने साथ नहीं देना। एंड दे विच तुहाडे जिहड़े करम कीते आ उही तुहाडे नाल जाने। वह बंदे कुछ करम कमा अमला वाजो कौन गवा, सब झूठे ने भैन भरा जिथे मर्जी धक्के खा पर मस्ती मना। मैं खाने आ, मैं खाना की परमात्मा का नाम, मैं खाना वह नहीं दूजा नहीं, परमात्मा का नाम जपो, लोगों की सेवा करो, घट मार्जन दे विच खेडो। तो भाई साहब नहीं बैठे ये तुहानू दसणगे किन्नी वार साडे को आ चुके आ, तो किन्ना सानू प्यार भी दे के जांदे, पैसे भी वटा के जांदे, आशीर्वाद भी दे के जांदे। ये सारिया इन्हां दी ब्लैसिंग्स आ। अजकल जिहड़े तुहाडे भैन भरा वह तुहाडे भैन भरा नहीं हैगे, तुहाडे भैन भरा यह है जिहड़े तुहाडा साथ दिंदे आ रहे आ, ठीक है ना। तो बाकी मैं तुहानू वैरायटी दिखाना वा, पहलां इधर ही गल कर लईए आपां तुहाडे तों पहलां। हाँ बिल्कुल करो, दुध दा दुध पानी दा पानी, सरदार जी हुणी करूगे इह 'च कोई इहो जिही गल नहीं गी। तो आप इधर गल भी कर लें, सरदार जी हुणी आए शॉपिंग आ देख लें भी किन्ने क टाइम तो आते हैं, की फायदा इतने होंगे जां गल्लां ज्यादा कम थोड़े होंगे आ। सो हुण आपां गलबात करते हैं, अंकल जी कित्थों आया तुसीं? असीं भोगपुर तों आया जी, सैल टीवी वालियां दा ते होर साडे दुकानदारां दा बहुत बहुत धन्नवाद जी। वीर जी मैनूं तकरीबन 2 साल हो गए इत्थे आउंदे नूं, 2 साल दे विच मैं 30 दिन जां 4 दिन वेचण वास्ते भी माल लैंदा, अपने घर वास्ते भी माल लैंदा। इस दुकान के उत्ते जिहड़ा सानूं फायदा बहुत ज़्यादा है, जो भी ये दसदे उही सानूं दिखालदे उही सानूं दे रहे हैं। किन्ने चिर तों जुड़े आ इस दुकान? इस दुकान दे नाल मैं 2 साल हो गए मैनूं जुड़े नूं जी, 2 साल पूरे हो गए हैं, जिहदे विच मैं 3 दिन बाद भी आ जाता, कई बार मैनूं 8 दिन भी आ लग जाते, जिदा जिदा मेरा माल विकदा उस तरह मैं आना। कि हुण मेरे अपने बेटी के विआह वास्ते सारा समान लैण वास्ते आया सी, उह भी मैनूं इन्हां ने बिल्कुल कंट्रोल के उत्ते रेट दित्ता। ये नहीं कि दिखालण वाला सानूं माल होर दिखालदे आ तो सानू देण वाला माल जिहड़ा सानू गलत दे रहा है, नहीं सानू जो साडे टीवी दे उत्ते सानू दिखाल दे उही आइडा देख के असीं उही माल देख चैक करके उही माल लिजा रहे हैं। सो जिन्ना भी माल तुसीं इत्थों लैके जाने हो गाहां सारा सेल हो जांदा कि बच भी जांदा? सेल जिहड़ा हो जांदा, जे बच भी जावे वीर जी असीं दुबारा इन्हां नूं वापस करके वो माल असीं दुबारा उहदे विच असीं अपना माल बिल दिखाल के दुबारा माल लिजा सकदे। जदों वापस आउंदे हो कदे मत्थे वट ते नहीं पाउंदे समान वापस करदे? कोई मत्थे वट नहीं पाउंदा, सानू आंदियां नूं ठंडा पिलाउंदे आ, चाह पिलाउंदे आ, जो भी इस दुनिया के उत्ते नहीं पे सानू दसदे कुछ करदे कुछ, पर जिन्हां दे इन्हां दे जिहड़े मोहरे रखे वर्कर वह सानू बिल्कुल ज़्यादा प्यार करदे। भाई साहब तो सानू कदी कदी मिलदे आ, पर जिहड़े वर्कर वह सानू अपने वीरां भैणां भरावां नाल भी बहुत ज़्यादा प्यार करदे। सो जिन्ने लोग आउंदे इत्थे एज ए दुकानदार जां कस्टमर बन के नहीं, एक परिवारक रिश्ता इन्हां दा बणिया होया आ। तुसीं किन्ने टाइम तो इत्थे आउंदे हो? हाँ जी सानू 2-4 बार ही आए हैं। हाँ जी बहुत वधिया कपड़ा मिलता है इत्थों। अज किन्ने शॉपिंग कर ली तुसीं? हाँ जी असी बेटी के ब्याह करते शॉपिंग। किन्ने सूट खरीद लिया हूँ तक? हाँ जी हूँ कर, हाँ जी 40-45 सूट खरीद लिया। वरायटी थानू वधिया लगी इत्थे? हाँ जी बहुत वधिया लगी जी। सो लोग इत्थे दाजबरी का कपड़ा भी खरीद रहे हैं, जिवें अंकल नहीं कहिंदे भी सेल्समैन आ, रीसेलर का काम करदे वो भी करदे आ, पर खुश बड़े आ कहिंदे भी सानू वरायटी वधिया मिलदी आ। जिदा की वरायटी इतों लैके जाते हैं तो जो गाहां सेल करते तो मिनटो मिनट इन्हों की बिक रही है। जेकर बच भी जाते हैं तो इतने हितेश ने जी हुणी बैठे इन्हों जिहड़ा कि चेंज करके वापस लै जाते हैं। अंकल जी किन्ने टाइम तो तुसीं इत्थे जुड़े आ ते कित्थों आए हो तुसीं? देखो जी सानूं इत्थे 3 साल हो गए आ, असीं इन्हां तों कपड़ा लई जांदे आ, कपड़ा बहुत वधिया आ, साडे जो वीर है ते कपड़ा बहुत वधिया दिंदे आ, क्योंकि इन्हां दीआं जो वरायटियां है कपड़े दीआं ओह बहुत वधिया है चल रहीआं आ, जो कुछ भी हैगा आ असीं जिहड़ा इहो जो ब्याह दी बरी आ उहदे वास्ते असीं ले चले आ, क्योंकि असीं इन्हां दे जो साडे ग्यानी साहिब आ ये पहले कपड़ा इतने ले जाते थे,
इन्होंने सानू दसिया कि वह जोड़े बंदे दुकान जी उतो बहुत वधिया कपड़ा मिलता है क्योंकि असी इस करके इतने आए हैं उन्होंने विश्वास से क्योंकि वो इन्हों विश्वास करते हैं क्योंकि विश्वास से दुनिया खड़ी आ जो कुछ भी हैगा विश्वास से खड़ी है रेट भी सही आ है कपड़ा भी सही आ जो कुछ भी है वाहेगुरू जी खालसा वाहेगुरू जी। सो बाकी जिमें अंकल होनी दस्या भी दुनिया विश्वास से टिकी आ विश्वास का नाम ही जिहड़ा हितेश नहीं है रैणक बाजार के अज तो करीब 1.5 साल पहला इन्होंने अनाउंसमेंट एक बड़ी की थी भी मैं जो सूट बेचने है ये 5 रुपए 7 रुपए 10 रुपए का मार्जिन रखना तो पूरे पंजाब के दुकानदार हैरान हो गए से वो कहते इदा हो नहीं सकता यदा सिर्फ लोगों को फसाने लिए वीडियो बना रहे हैं पर जो लोगों ने उत्थे जाना देना कुछ नहीं पर उस तो बाद जिन्ने भी लोग आए हैं घट्टो घट असी 500-600 लोगों के नाल गलबात कर चुके हैं थोड़े सामने वीडियो भी बना के थोड़े को शेयर की ये जो कहते दिंदे भी है तो लोग इतों काफ़ी खुश होकर जाते हैं थानू भी यही आप सुजैसट करते हैं भी तुम दाज बिर के कपड़े लेने कोई घर के वैडिंग सीजन फंक्शन हैगा जी नवा काम शुरू करना जो ऑलरेडी कर रहे हैं तो इन्होंने जुड़ के तुम करोगे तो थोड़ा मार्जिन भी वधिया मिलना तो जेडे थोड़े पैसे है वह भी काफ़ी बचने जिमें कोई दाज बिर का कपड़ा लैन आता है ना और बजट होंगे 1 लाख रुपए के कपड़े लेने तो 1 लाख पिछे फैंसी कलैक्शन किन्ने पैसे उन्होंने सेव कर दिता। देखो मैं तो अपनी वड्याई खुद करा मैं 1 लाख का कपड़ा 30,000 दे दूंगा मैं 1 लाख का कपड़ा 50,000 दे दूंगा नहीं ये वड्याई वह करे जे आए उन्होंने को पुछो अंकल जी 1 लाख का कपड़ा मेरी दुकान तो किन्ने का मिलता जो 1 लाख का सू तकरीबन 50,000 तो थले मिलता जी 50,000 के 45 के मिलता तो बाकी ये तो इदा कहें भी असी अद्धे पैसे बचा के लिया लियाने 1 लाख रुपये आ पर 2 थद्दियाँ लिया दी 50,000 दियाँ 1 थद्दी सानू वापस कर देंगे 1 लाख वाली शॉपिंग 50,000 करके जाने जे ये गल मैं अपने मूहों कहना ना कस्टमर ने कहना सी खरे क्योंकि हरेक बंदा कहना मेरे रेट घट वा ये जो डिसाइड वा ये जो फैसला वा ये रब रूप गाहकां ने करना वा इन्हों की मिलना वा झूठ बोल के इन्हों जो सच लगा वा ता ही मेरे को आते अज इन्हों का काम भी सैट आ बेचन कपड़े ले जाते 4 पैसे बचते ता ही ले जाते हैं तो सो इस करके मेरी दुकान पर ना रीसेलर आए चाहे कोई दाजबरी वाला आए सारियां नू रेट इक्को लगना गाहकां दी जिहड़ी पहचान गाहकां नू जिहड़ी गाहकां दी जान गाहकां दी जिहड़ा कह लो पहचान बनाउण दा एक गाहक की हुंदा वा फैंसी कलैक्शन का बहुत वड्डा योगदान आ चाहे 250 सूट लो चाहे 2,500 वाला चाहे 2.5 लाख की शॉपिंग करो असी सारियां नू एक अख नाल देखदे आ ते सैकिंड अंकल ने कहा सीगा मैनू ये दुकान दे घट मिलदे आ मेरी दुकान के उपर मेरे मुंडे ही मेरी दुकाना चलाते रजत नू मैं दुकान का मोहतवार बनाया वा बाकी मुंडे भी मोहतवार आ सारे दू एक दूजे ने टच दे विच रहिंदे आ हुण रजत नू मोहतवार बनाया रजत ने कभी मालक वाली फीलिंग ली नहीं सारे जने इस चीज़ नू जानते आ साहिल ने कभी मालक वाली फीलिंग ली नहीं मेरी गैर हाजिरी विच भी मेरी दुकान नू चलाने वाले इहे आ। रजत जदों कस्टमर आउंदे आ किदां डील करदे आ जिवें अंकल नू तां कहिंदे आ भावें होण ना होण सानू रिस्पैक्ट बहुत मिलदी इत्थे। देखो भाजी कस्टमर दे दुकानां बहुत वा पूरा बाजार भरिया पिया कस्टमरां लई जिथे मर्जी अगला जा सकदा साढ़े जे क्वालिटी हैगी है जां कोई गुण हैगा तां ही कस्टमर साढ़े को आंदा। देखो कस्टमर दूरों दूरों आ रहा वा किस करके आ रहा कि असीं उहनां नू डीलिंग वधिया देवांगे बिहेव वधिया करांगे तां ही कस्टमर दुबारा ते आऊगा। जिवें कैमरे अगे रेट बोल दिंदे जे 150 दा सूट आ ये 250 दा ये बहुत घट रेट बोलदे आ उस रेट तो दें कद इदा नहीं कह देंगे कस्टमर जी गलती हो गई जां मिस्टेक लग गई जां रेट बढ़ा चढ़ा तो नहीं देंगे तुसीं। नहीं नहीं भाजी इदा नहीं कभी होगा देखो कस्टमर आप जो रेट घट देवे तो ही कस्टमर दुबारा ही आऊगा जे आप एड दसते हैं ज बोलते हैं उ ही रेट देवे जे हूँ सपोजली कोई कस्टमर नहीं भी देख के आया इन्हें कहा जे कोई कस्टमर नहीं देख के आया उन्होंने 350 ला 550 ला देना उन्होंने भी उही रेट पर मिलना वा जो कोई नाल बैठा कस्टमर कह दे कि हाँ भाई मैंने तुम 350 दिता वा उन्होंने 550 लगा रहे इदा नहीं कभी होगा जो कस्टमर नाल दिनों दे रहे हैं जो कस्टमर एड के दिखाया वा सूट उ कस्टमर दूसरे भी मिलेगा चाहे बंदे बहुत ट्रेंड है पूरे फुल ट्रेंड जिदा कह लिए फुल ट्रेंड फिर भी जिदा मर्जी कह लो कि कह दो गुरु का चंडिया तो बंदे को फर्क दा कहिंदे पानी पियो पुण के गुरु धारो चुण के अगले ने चुन के मैनू अपना गुरु धारिया मैं भी किसी गुरु धारिया चीज़ की तुहाडे विच ना कि गुण होगा तुहाडे माँ बाप का तुहाडे टीचर्स का तुहाडे गुरुआं का गुण थोड़ा थोड़ा हुंदा ही आ सो इन्हां विच भी होगा गां जिहड़े इन्हां दे शागिर्द उन्हां च भी होगा तो सो आपां अगली वरायटी दिखांदे ज़्यादा गल्लां ना करदे होए आह देखो सूट प्योर जाम दे उपर आएगा बहुत ही प्यारा वर्क होया वा और बहुत ही प्यारा दुपट्टा वा लैस भी लगी आ आह देखो काम भी होया उत्ते ओनली 350 का कलर इन्ने प्यारे है ना
आ जिहड़े मेरे भैन भरा बैठे ना, ये सारा इन्हों का आशीर्वाद आ। इन्हों का आशीर्वाद किदा, ये मेरे को क्वांटिटी माल लेंदे, मैं क्वांटिटी दे विच खरीददा वा। जे मैं मोहरे जाके कह ना चार सूट, उन्होंने मैनू भी 350 का ही लाना वा, मैं 350 का वेच नहीं सकता। ये सारा इन्हों का आशीर्वाद आ, ये मेरे को क्वांटिटी लेंदे ते मैं मोहरे क्वांटिटी चक्कर वाला बनिया। तो मैं भी मोहरे व्यापारी है ना, ठोक के गल करदा इन्ने सूट लेने आ, इन्ने नहीं इन्ने पैसे देने, अगले देंदे आ। फिर तो अगली वरायटी देखो, मिडल एज दे विच पान नू हलो जी, घेरे दे उपर वर्क आएगा, दुपट्टे दे उपर वर्क आएगा, लैस लगी आ, ओनली 550, 550, 550, 350 ते दी बहुत वरायटी आ। इतों वधिया रेंज लैनी वह भी मिल जूगी। तुहाडे मन दे विच किते इह गल ना आवे कि फैंसी कलैक्शन की बस हो जाती, 550 साढ़े तुहानू उपरली रेंज भी दिखाऊंगा, वधिया रेंज भी दिखाऊंगा, वधिया सूट जिहड़े हुंदे आ। अबूमन जिन्हों तुसीं महंगा कहने हुंदे, मैं वधिया कहना हुंना। आ देखो जी, विद इनर पूरा फ्रंट जाल, फोर साइड बॉर्डर दुपट्टा, कोई 1200 नहीं, कोई 1300 नहीं, हिलन नूं साडा भी मूंह ही हिलना। मैं अगे भी कहिंदा आ, टिकट रेल गड्डी दे झूटे हवाई जहाज दे, 595 रुपए का सूट, ओनली 595 का। कलर चार्ट इन्ना प्यारा वा, तुसीं देखते रह जाओगे। शगन वाले रंग आ, देखो जी सारे फोटो वाले डिजाइन आ। लो अगली वरायटी मैं तुहानूं दिखाना वा, ग्रे स्टोन ते ब्लैक आ, ग्रे स्टोन ते ब्लैक, ना ब्लैक आ ना ग्रे आ। दुपट्टा भी वर्क लै, पूरा जाल फ्रंट, थ्री हेड दे काम, जिनी मर्जी हैल्थी कुड़ी होवे, जिनी मर्जी स्लिम कुड़ी होवे, चनौन दी चुन्नी। आ देखो जी 650 दा, आ देखो फिर जी ऑर्गेंजा दुपट्टे दे नाल, अज दी रेट दे विच ऑर्गेंजा दुपट्टा अगर तुसी किसे को मंगदे हो ना, अगले 2000 तो शुरू करदे आ। फैंसी कलैक्शन ते आओ, 550 दे विच ऑर्गेंजा दुपट्टा पूरा हैवी। आ देखो सर 550 ਜੀ, ਔਰਗੰਜਾ ਤਾਂ ਬਾਜ਼ਾਰਾਂ ਦੇ ਵਿੱਚ ਕਹਿੰਦੇ 1500 ਤੋਂ ਘੱਟ ਸ਼ੁਰੂ ਨਹੀਂ ਹੁੰਦਾ, ਤੁਸੀਂ 500 ਜੀ ਕਿੱਦਾਂ ਕਰੀ ਜਾਂਦੇ ਆ? ਇਹ ਜਿਹੜੇ ਫੈਸਲੇ ਹੁੰਦੇ ਆ ਲੈਣੇ ਕਿੱਦਾਂ ਭਾਜੀ, ਕਿਉਂਕਿ ਫੈਸਲੇ ਲੈਣ ਦੇ ਵਿੱਚ ਵੀ ਤਾਕਤ ਚਾਹੀਦੀ ਆ, ਜ਼ਰੂਰਤ ਚਾਹੀਦੀ ਆ। ਜਿਹੜੇ ਤੁਸੀਂ ਆ 25-25, 30-30 ਰੁਪਏ ਦੇ ਮਾਰਜਨ 'ਤੇ ਸੂਟ ਵਿੱਚ ਜਾਂਦੇ ਹੋ, ਇੰਨਾ ਸਾਡਾ ਜਿਗਾੜਮੈਂਟ ਹੈਗਾ, ਇੰਨੇ ਸਾਡੇ ਬੰਦੇ ਕੰਮ ਕਰਦੇ ਆ, ਸਮਝੋ ਬਾਹਰ ਆ ਗੱਲਾਂ। ਦੇਖੋ ਬ੍ਰਦਰ, ਸ਼ਾਮ ਨੂੰ ਸੇਲ ਉੱਥੇ ਲੈ ਜਾਂਦੇ ਆ, 1500 ਦੇ ਦੋ ਸੂਟ ਵੇਚਣਾ ਸਾਰੀ ਦਿਹਾੜੀ ਦੇ ਹਿਸਾਬ ਨਾਲ, 550 ਦੇ ਹਿਸਾਬ ਨਾਲ 100 ਸੂਟ ਵੇਚਣਾ ਜ਼ਿਆਦਾ ਵਧੀਆ। ਗੱਲ ਰਹੀ ਫੈਸਲੇ ਦੀ, ਫੈਸਲਾ ਅਸੀਂ ਉਹ ਲਵਾਂਗੇ ਜਿਹਦੇ ਵਿੱਚ ਗਾਹਕ ਦੇ ਨਾਲ ਸਾਡਾ ਫਾਸਲਾ ਨਾ ਪੈ ਜਾਵੇ, ਕਿਉਂਕਿ ਫੈਸਲੇ ਦੇ ਫਾਸਲੇ ਦੇ ਵਿੱਚ ਬਹੁਤਾ ਫਰਕ ਨਹੀਂ ਹੈਗਾ, ਜਿੱਦਾਂ ਅੱਤ ਅਤੇ ਅੰਤ ਦੇ ਵਿੱਚ ਜ਼ਿਆਦਾ ਫਰਕ ਨਹੀਂ ਹੈਗਾ, ਉਹੀ ਗੱਲ ਅਤੇ ਗਾਲ ਦੇ ਵਿੱਚ ਕੰਨੇ ਦਾ ਫਰਕ ਆ। ਆਪਾਂ ਇੱਦਾਂ ਦਾ ਫੈਸਲਾ ਨਾ ਲਈਏ ਜਿੱਦਾਂ ਜਿਹਦੇ ਨਾਲ ਕਿਹਦੇ ਕਿਸੇ ਵਿੱਚ ਸਾਡਾ ਫਾਸਲਾ ਪੈ ਜਾਵੇ। ਅਸੀਂ ਸਾਰਿਆਂ ਨੂੰ ਨਾਲ ਜੋੜਨਾ ਚਾਹੁੰਦੇ, ਨਾ ਕਿ ਤੋੜਨਾ ਚਾਹੁੰਦੇ ਹਾਂ। ਅੱਜ ਜੇ ਇਹਨਾਂ ਨੂੰ ਨਾਲ ਲੈ ਕੇ ਆਏ, ਕੱਲ੍ਹ ਇਹ ਕਿਸੇ ਨੂੰ ਨਾਲ ਲੈ ਕੇ ਆਉਣ, ਫੈਸਲਾ ਲਏ ਦਾ ਮਜ਼ਾ ਤਾਂ ਹੀ ਆ। ਇਹ ਫਾਸਲਾ ਘਟਾਉਂਦੀਆਂ ਵਾ, ਇਹ ਚੀਜ਼ਾਂ ਇੱਦਾਂ ਦੇ ਫੈਸਲੇ ਤੁਹਾਨੂੰ ਲੋਕਾਂ ਦੇ ਨਾਲ ਜੋੜਦੇ ਆ, ਤੁਹਾਡਾ ਯਾਨੀ ਕਿ ਇਹ ਜਿਹੜੀ ਇਹਨਾਂ ਨੇ ਤੁਹਾਡੀ ਮੁਫਤ ਦੇ ਵਿੱਚ ਐਡ ਕਰਨੀ। ਫੈਂਸੀ ਕਲੈਕਸ਼ਨ 'ਤੇ ਗਏ ਸੀ, ਉਹਨਾਂ ਨੇ ਸਾਨੂੰ ਆਹ ਰੇਟ 'ਤੇ ਆਹ ਚੀਜ਼ ਦਿੱਤੀ ਆ, ਅਤੇ ਗਾਂਹ ਉਹ ਦੁਆਰਾ ਜਦੋਂ ਚੱਲ ਕੇ ਆਊਗੇ, ਉਹਨਾਂ ਨੇ ਚਾਰ ਬੰਦਿਆਂ ਨੂੰ ਹੋਰ ਦੱਸਣਾ। ਇੱਦਾਂ ਚੈਨ ਬੰਦੀ ਜਾਂਦੀ ਆ, ਚੈਨ ਦੇ ਨਾਲ ਹੀ ਕੰਮ ਚੱਲਦੇ ਜਾਂਦੇ। ਆਹ ਦੇਖੋ ਆਈਟਮ ਸਰ, ਅਗਲੀ ਵਰਾਇਟੀ ਦਿਖਾਉਣਾ, 650 ਦੇ ਵਿੱਚ ਪੂਰਾ ਹੈਵੀ ਦੁਪੱਟਾ ਤਿੱਤਲੀਆਂ ਵਾਲਾ, ਕਲਰ ਬਹੁਤ ਪਿਆਰੇ ਆ, ਬੁਲਬੁਲ ਦੇ ਬੱਚੇ ਜਿਹਨੂੰ ਕਹਿੰਦੇ ਨਾ, ਚਸ਼ਮੇ ਬੁਲਬੁਲ। ਭਾਅ ਜੀ ਤਿੱਤਲੀਆਂ ਆ ਕਿ ਫੁੱਲ ਆ? ਤਿੱਤਲੀਆਂ ਕਹਿ ਲਓ, ਫੁੱਲ ਕਹਾਂਗੇ ਪਾਣੀ ਦੇਣਾ ਪੈਣਾ, ਹੈ ਨਾ, ਪਾਣੀ ਦੇਵਾਂਗੇ ਫਿਰ ਤਾਂ ਹੀ ਵੱਡੇ ਹੋਊਗੇ, ਇਸ ਕਰਕੇ ਤਿੱਤਲੀਆਂ ਠੀਕ ਆ। ਅਤੇ ਅਗਲੀ ਵਰਾਇਟੀ ਦਿਖਾਉਂਦੇ ਹਾਂ ਤੁਹਾਨੂੰ, ਸੂਟ ਦੇਖਿਓ ਜੀ, ਲੋਕਾਂ ਨੇ ਬਾਹਰ ਲਿਖ ਕੇ ਪੈਲ ਲਾਏ ਹੋਏ ਆ, 1295-1195। ਆਹ ਦੇਖੋ ਸਰ, ਲੋਕਾਂ ਨੇ ਲਿਖ ਕੇ ਲਾਏ ਆ, 1195-1295 ਬਾਹਰ, ਬਟ ਫੈਂਸੀ ਕਲੈਕਸ਼ਨ 'ਤੇ ਤੁਹਾਨੂੰ 695 ਰੁਪਏ ਦਾ ਸੂਟ ਮਿਲਣਾ, ਡਿਜੀਟਲ ਦੁਪੱਟੇ ਦੇ ਨਾਲ। ਆਹ ਦੇਖੋ ਜੀ ਕਲਰ ਦੇਖੋ ਕਿੰਨੇ ਪਿਆਰੇ, ਇਹਦੇ ਵਿੱਚ ਤੁਹਾਨੂੰ ਕਲਰ ਬਹੁਤ ਮਿਲ ਜਾਣਗੇ, 810 ਕਲਰ ਮਿਲ ਜਾਣਗੇ ਇਹ 'ਚ ਤੁਹਾਨੂੰ। ਡਿਜ਼ਾਈਨ ਦੇਖ ਲਓ, ਪਿਓਰ ਜਾਮ ਦੇ ਵਿੱਚ ਆ, ਪਿਓਰ ਜਾਮ ਦੇ ਵਿੱਚ ਬਨਾਰਸੀ ਚੁੰਨੀ ਦੇ ਨਾਲ ਆਏਗਾ ਜੀ, ਇੰਨੇ ਦੀ ਇਕੱਲੀ ਚੁੰਨੀ ਵਿਕਦੀ ਹੈ ਸਰ, ਜਿੰਨੇ ਦਾ ਤੁਹਾਨੂੰ ਸੂਟ ਦੇ ਦੇਣਾ, 850 ਰੁਪਏ ਦਾ।
साढ़े 800 रुपए। तो बाकी तुम होर वरायटी मैं होर दिखा इस तो भी वधिया वाली तो तुम देखते रहूंगे रेट भी देखोगे चीज़ भी देखोगे। सो भाजी है ना तुम बहुत वधिया वरायटी दिखाती हूँ मैं थानू ये कहना भी थोड़ी उपरली रेंज दिखा दो उपरली वरायटी दिखा दो जो कि दाज बरी थोड़ा फायदा हो जाए होर है ना बाजारों के बड़े महंगे रेट पर सूट मिलते हैं लाइटा शाइटा लगियां या डमियां टंगिया कि 8000 रेट कि 10000 रेट उस रेंज के सूट दिखा दो तो दसीओ भी थोड़ा प्राइस की हैगा। देखो ब्रदर मैं तुम्हें वैसे भी उही सूट दिखाने जा रहा जी रीज़न ये मोहरे विआह शादियों का सीजन तो कस्टमर थोड़े जागरूक हो जाए भी फैंसी कलैक्शन तो किस रेट के केड़ी चीज़ मिलती है ठीक है ना ता कि वह भीडियो देख के कित होर भी जान उन्होंने नॉलेज हो जूगी आह चीज़ इन्ने की है तो इन्ने की ही लैके आव जिमें कि आह सूट आ प्योर सिलक दे विच आ जी आ देखो गला घेरा दोनों ही बने आ आ दुपट्टा देखो जी पूरा फोर साइड बॉर्डर हुण हुंदा की आ इहनू आपां मक्खन ला 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 के ला इन्ना वधिया बना देना इन्ना वधिया बना देना भी आपां इहदा 4500 मंग लईए ते गाह कवे लैस कर दिओ लैस करके गाहक दा वार्निंग च 3500 दा विक जावे बट असल च इस सूट की एक्चुअल प्राइस हैगी 1895 रुपए फैंसी कलैक्शन से। सो जिस उम्मीदा नाल असी तुहानू फैंसी कलैक्शन लैके आए सी मेरे ख्याल नाल वो उम्मीदा साडियां पूरियां हो रही 4500 तो घट सानू सूट कोई नहीं दिंदा हैगा आ भी देख लो इत्थों ते जिहड़ा फैंसी कलैक्शन आ तो रेट देख लो भी अद्धिया नालों भी घट तुहानू दस रहा है हुण इह तुसीं बड़ा बरीकी नाल देखो मैं तुहानू इह भी कहांगा भी तुसीं जिद्दां इहदा वीडियो चल रही है जिहड़ा सूट पसंद आ स्क्रीनशॉट लै लिओ साडी स्क्रीन ते नंबर इहनां नंबरां ते भेज के बुक कर लिओ ऑनलाइन भी तुसीं मंगवाउणा वो भी थोड़े ऑप्शन है कि तुसीं मंगवा सकदे क्योंकि इन्ना ज़्यादा रश पैंदा इन्ने ज़्यादा लोग पसंद करते सानू फिर सूट दुबारी मिलने औखे हो जाते हैं। सो तुसी दवा दम इत्थे आ जाओ जो भी वीडियो देखते हो तो दूजे दिन इत्थे आ जाया करो क्योंकि भाई जो वीडियो चलती है बंदा सोचता भी हफ्ते बाद जाना 10 दिन बाद जाना कई वेले भी जी क्रीम क्रीम होंगी निकल जाती है ना सो इन्हों आ जाना चाहिए दूए दिन। देखो जी रोज़ दुध लईदा तो रोज़ मलाई आती ना इतने रोज़ क्रीम आनी है ये नहीं कि अज ये वेगे कल इतो भी सोने आने परसों तो भी सोने आने हुण मेरे NRI वीर ते भैणां नूं एक बेनती आ ये तुहाडे मतलब दे सूट आ तुसीं स्क्रीन ते नंबर आ रहे ते मैसेज करो तुहानूं उत्थे बैठे बैठे ही ये सूट पहुँचणगे अगर इस तों इलावा होर वरायटी देखना चाहते हैं सानूं कॉल करो स्क्रीन दे उपर नंबर आ रहे तुहानूं फोटोआं भेजांगे तुहानूं वीडियो कॉल करा के डिज़ाइन पसंद करावांगे जिहड़ा शिप चार्ज होएगा कोरीअर चार्ज होएगा वह तुहाडा होएगा असीं तुहानूं घट रेट दे विच चीज़ मुहैया करावांगे और शिप चार्ज भी तुहाडा फायदा करावांगे जे सूट स्टिच करवाने आ साडे बहुत वधिया टेलर ने असीं टे स्टिच भी करवा के देवांगे उच भी तुहाडा बेनीफिट होएगा। आ देखो फोटो वाला डिजाइन ये NRI वीरां नूं स्पैशल बेनती आ ये नहीं कि तुसीं NRI आ तुहानूं रेट चक देना आ फोटो वाला डिजाइन आ देखो जी तैयार करवाया वा पूरे 3 हेड दे काम सारे ने अपने अपने पाए आ पेज ते किसी ने 2500 दा पाया वा किसी ने 3000 का पाया वा आ देखो भला सूट के उपर कैमरा मारो गले घेरे से गले से भी आ भीर भाजी आम इदा की वरायटी नहीं मिलती दुकाना से है ना ये जी डिजाइनिंग है वगैरह ये आप भी करवाने में भी जहाँ की होंगे सिस्टम ये सर तुम मैं दसिया अपनी फैक्ट्री के तैयार होंगे सारा अपने तैयार हो पीस आ सारा कपड़ा लग लिया आ भी कपड़ा लग लिया कंप्यूटर अपने मशीन तो किया कारीगर को हैंडवर्क करवाया उस तो बाद फाइनल टच दिता तो दुकान पर आए तो आ देखो सूट NRI की जान तो शान बहुत ही प्यारा कलर आ मैं दोबारा तो बेनती करांगा अगर तुहानू ये सिर्फ ट्रेलर आ जिदा पिक्चर देखनी हो ट्रेलर दिखाते ना ट्रेलर तो पता लग जाता पिक्चर किदा दी आ अगर तुसी होर वरायटी देखना चाहते हैं स्पैशल NRI वीरां ते भैणां नूं तुसी सानू कॉल करो तुहानू वीडियो कॉल च पसंद करावांगे स्क्रीन ते नंबर आ रहे आ तुहानू फोटोआं सेंड करांगे उत्थे बैठे बैठे तुसी इंडिया दे रेट ते शॉपिंग कर सकदे हो। आ देखो 1800 ते 95 रुपए दा फोर साइड बॉर्डर प्योर दे विच सारी डिजाइनिंग नवीं है लो जी सूट च जान देखो कितना है कॉन्ट्रास्ट आएगा ऑर्गेंजा का दुपट्टा आएगा ऑर्गेंजा का दुपट्टा तुहानू मैं 550 च भी दिखाया सी
ਔਰਗਨਜ਼ਾ ਦਾ ਦੁਪੱਟਾ ਮੇਰੇ ਕੋਲ 1995 ਦੇ ਵਿੱਚ ਵੀ ਆ। ਉਹ ਸਾਰਾ ਕੰਪਿਊਟਰ ਦਾ ਕੰਮ ਸੀ, ਇਹ ਸਾਰਾ ਹੈਂਡਵਰਕ ਆ। ਠੀਕ ਆ ਨਾ, ਚੀਜ਼ ਤੁਹਾਡੇ ਸਾਹਮਣੇ ਆ, ਚੋਇਸ ਤੁਹਾਡੀ ਆ, ਤੁਸੀਂ ਕਿਹੜਾ ਲੈਣਾ। ਮੇਰੇ ਕੋਲ ਹਰ ਤਰ੍ਹਾਂ ਦੀ ਵਰਾਇਟੀ ਆ। ਹੌਲੀ 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 ਕੱਢੀ ਜਾਂਦੇ ਹੋ ਤੁਸੀਂ ਵੀ ਆਪਣੀਆਂ ਤੋਪਾਂ, ਹੈ ਨਾ। ਕਈ ਕਹਿੰਦੇ ਵੀ ਇਹ ਜੀ ਬੁਲਬੁਲ ਦਾ ਬੱਚਾ, ਕੋਈ ਕਹਿੰਦਾ ਜੀ ਇਹ ਕੁਛ ਆ, ਇਹਦਾ ਨਾਂ ਕੀ ਹੈਗਾ ਸੂਟ ਦਾ? ਇਹ ਤਾਂ ਜੀ ਦੇਖੋ, ਜਿੱਦਾਂ ਮਾਵਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਨਾ, ਮੈਨੂੰ ਸਾਰੇ ਸੂਟ ਪਿਆਰੇ ਆ। ਕਿਉਂਕਿ ਹਰੇਕ ਗਾਹਕ ਨੂੰ ਆਹਲਾ ਸੂਟ ਪਸੰਦ ਨਹੀਂ ਆਉਣਾ, ਹਰੇਕ ਨੂੰ ਉਹਲਾ ਪਸੰਦ ਨਹੀਂ ਆਉਣਾ, ਹਰੇਕ ਦੀ ਆਪਣੀ ਆਪਣੀ ਚੁਆਇਸ ਆ। ਮੈਨੂੰ ਹਰੇਕ ਦੀ ਚੁਆਇਸ ਦੇ ਮੱਦੇ ਨਜ਼ਰ ਰੱਖਦੇ ਹਰ ਤਰ੍ਹਾਂ ਦੀ ਵਰਾਇਟੀ ਦੁਕਾਨ 'ਤੇ ਰੱਖਣੀ ਪੈਣੀ ਆ। ਹਰ ਤਰ੍ਹਾਂ ਦੀ ਵਰਾਇਟੀ ਰੱਖਣ ਦਾ ਕਾਰਨ ਇਹ ਆ ਕਿ ਕੋਈ ਗਾਹਕ ਖਾਲੀ ਨਾ ਜਾਵੇ, ਜਿਹੜਾ ਵੀ ਆਵੇ ਘੱਟ ਰੇਟ 'ਚ ਵਧੀਆ ਚੀਜ਼ ਲੈ ਕੇ ਜਾਵੇ। ਦੇਖੋ ਆਹ, ਦੇਖੋ ਸੂਟ ਸਾਰੇ ਭਾਰੇ ਦੁਪੱਟੇ ਆਉਣਗੇ। ਮੰਨ ਲਓ ਜੀ ਹੈਵੀ ਦੁਪੱਟਿਆਂ ਦੇ ਵਿੱਚ ਆਉਣਗੇ, ਅਲੱਗ ਚੀਜ਼ਾਂ ਆਉਣਗੀਆਂ, ਸਮਥਿੰਗ ਡਿਫਰੈਂਟ। ਇਫ ਯੂ ਵਾਂਟ ਸਮਥਿੰਗ ਡਿਫਰੈਂਟ, ਪਲੀਜ਼ ਵਿਜ਼ਿਟ ਟੂ ਫੈਂਸੀ ਕਲੈਕਸ਼ਨ। ਯਾ ਐਮ ਆਈ ਰਾਈਟ? ਬਾਈ ਜੀ ਮੈਨੂੰ ਲੱਗਦਾ ਤੁਹਾਨੂੰ ਤਾਂ ਅਮਰੀਕਾ ਦੀ ਐਮਬੈਸੀ ਵਿੱਚ ਜਾ ਕੇ ਇੰਟਰਵਿਊ ਤੁਸੀਂ ਬੜੀ ਛੇਤੀ ਕਲੀਅਰ ਕਰ ਲੈਣੀ। ਅੰਗਰੇਜ਼ੀ ਬਹੁਤ ਤਕੜੀ ਤੁਹਾਡੀ ਹੈ ਨਾ। ਲੈ ਉਹਦੇ 'ਚ ਹੱਥ ਮਾਰ ਦੇ ਦੀ ਭਾਅ ਜੀ, ਕਿੱਥੋਂ ਹੱਥ ਪੜ੍ਹੇ ਥੋੜ੍ਹਾ ਵਾ। ਦੋ ਚਾਰ ਅੰਗਰੇਜ਼ੀ 'ਚ ਹੋਰ ਗੱਲਾਂ ਸੁਣਾ ਦਿਓ ਨਾ। ਮੈਨੂੰ ਆਉਂਦੀ ਨਹੀਂ। ਹੇ ਗਾਇਸ, ਹੈਲੋ, ਲਿਸਨ ਟੂ ਮੀ, ਸਿੱਟ ਡਾਊਨ ਦਾ ਭੁੰਜੇ। ਭੁੰਜੇ ਨਹੀਂ ਕਹਿਣਾ ਆਇਆ ਪੰਜਾਬੀ 'ਚ, ਗਿਆ ਤਾਂ ਜਿੰਨੀ ਕੁ ਬੋਲਣੀ ਆਈ ਬੋਲਤੀ। ਕਹਿਣ ਦਾ ਮਤਲਬ ਇਹ ਆ, ਅਸੀਂ ਕਿਹੜਾ ਪੜ੍ਹੇ, ਅਸੀਂ ਬਾਈ ਪੜ੍ਹੇ ਨਹੀਂ ਗੇ, ਇਹ ਚੀਜ਼ ਤਾਂ ਪੱਕੀ ਆ, ਪਰ ਕੜੇ ਹਾਂ। ਪੜ੍ਹਿਆ ਬੰਦਾ ਮਾਰ ਖਾਜੂਗਾ, ਕਦੀ ਕੜਿਆ ਬੰਦਾ ਮਾਰ ਨਹੀਂ ਖਾਊਗਾ। ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ, ਅਸੀਂ ਡਾਇਰੈਕਟ DGP ਨਹੀਂ ਲੱਗੇ, ਅਸੀਂ ਝਾੜੂ ਪੋਚੇ ਤੋਂ ਇੱਥੇ ਪਹੁੰਚੇ ਹਾਂ। ਯਾਨੀ ਕਿ ਕਈਆਂ ਨੂੰ ਜੰਮਦਿਆਂ ਨੂੰ ਸੋਨੇ ਦੇ ਚਮਚ 'ਚ ਦੁੱਧ ਮਿਲਦਾ ਵਾ, ਅਸੀਂ ਉਹ ਦਿਨ ਨਹੀਂ ਦੇਖੇ। ਬਟ ਅਸੀਂ ਅੱਜ ਇੱਥੇ ਪਹੁੰਚੇ ਹਾਂ, ਉਹਨਾਂ ਨਾਲੋਂ ਘੱਟ ਵੀ ਹੈ ਨਹੀਂ ਗੇ। ਹਰ ਵਕਤ ਹਰ ਤਰ੍ਹਾਂ ਦਾ ਟਾਈਮ ਹੰਢਾਇਆ ਵਾ, ਛੋਟੀ ਉਮਰ 'ਚ ਬਹੁਤ ਹੀ ਜ਼ਿਆਦਾ ਦੁੱਖ ਔਰ ਸੁੱਖ ਦੇਖੇ ਆ। ਇਹ ਵੀ ਪਤਾ ਲੱਗ ਗਿਆ ਕੌਣ ਨਾਲ ਖੜ੍ਹਨ ਵਾਲਾ ਵਾ, ਕੌਣ ਝੜਨ ਵਾਲਾ ਵਾ। ਛੋਟੀ ਉਮਰ 'ਚ ਪਤਾ ਲੱਗ ਜਾਂਦਾ ਨਾ ਕਿਹੜੇ ਬੰਦੇ ਸਾਡੇ ਨਾਲ ਖੜ੍ਹੇ ਆ, ਕਿਹਨਾਂ ਨੇ ਧੋਖਾ ਦਿੱਤਾ, ਕੌਣ ਅੱਜ ਦੀ ਡੇਟ 'ਚ ਧੋਖਾ ਦੇ ਰਿਹਾ ਵਾ, ਸਾਰਾ ਹੀ ਪਤਾ ਲੱਗ ਗਿਆ। ਇਹਨੂੰ ਕਹਿੰਦੇ ਕੜਿਆ ਬੰਦਾ। ਪੜ੍ਹੇ ਬੰਦੇ ਨੂੰ ਸਿਰਫ ਪੜ੍ਹਾਈ ਦਾ ਹੀ ਹੁੰਦਾ, ਨੌਕਰੀ ਵਧੀਆ ਮਿਲ ਜੂਗੀ। ਜੇ ਬਿਜ਼ਨਸ ਕਰਨਾ ਉਹਦੇ ਵਾਸਤੇ ਕੜਿਆ ਹੋਣਾ ਬਹੁਤ ਜ਼ਰੂਰੀ ਆ। ਪਰ ਬਾਈ ਜੀ ਗੱਲ ਇੱਕ ਹੈਗੀ ਆ, ਪੜ੍ਹੇ ਜਾਂ ਨਹੀਂ ਪੜ੍ਹੇ ਸਾਨੂੰ ਨਹੀਂ ਪਤਾ ਹੈਗਾ, ਪਰ ਕੜੇ ਹੋਣ ਦੇ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਫਾਇਦਾ ਕੀਤਾ। ਜੇ ਤੁਸੀਂ ਪੜ੍ਹੇ ਹੁੰਦੇ ਤਾਂ ਤੁਸੀਂ ਆ ਸੂਟਾਂ ਦੇ ਵਿੱਚ 20-20 ਰੁਪਈਏ 30-30 ਰੁਪਈਏ ਮਾਰਜਨ ਨਹੀਂ ਰੱਖਣਾ ਸੀ, ਤੁਸੀਂ ਰੱਖਣਾ ਸੀ 500 ਵਾਲਾ ਸੂਟ 900 ਰੁਪਏ ਦਾ, ਤੁਸੀਂ ਰੱਖਣਾ ਸੀ 2000 ਵਾਲਾ ਸੂਟ 5000 ਦਾ, ਫਿਰ ਤੁਸੀਂ ਇੱਦਾਂ ਕਰਨਾ ਸੀ। ਤੁਸੀਂ ਸਾਰਾ ਕੁਝ ਦੇਖਿਆ ਆ, ਜਿਵੇਂ ਤੁਸੀਂ ਕਹਿੰਦੇ ਪੋਚੇ ਲਾਏ ਆ, ਝਾੜੂ ਲਾਏ ਆ, ਸਫਾਈਆਂ ਕੀਤੀਆਂ, ਸੇਲਸਮੈਨ ਕੀਤੀ ਆ ਦੁਕਾਨਾਂ ਦੇ, ਜਿੰਦੇ ਖੋਲ੍ਹਣੇ ਵੀ ਆਪ ਅਤੇ ਲਾਉਣੇ ਵੀ ਆਪ ਲੋਕਾਂ ਦੀਆਂ ਦੁਕਾਨਾਂ 'ਤੇ, ਤੁਹਾਨੂੰ ਪਤਾ ਮਿਹਨਤ ਕੀ ਆ। ਤੁਹਾਨੂੰ ਇਹ ਵੀ ਪਤਾ ਸੀ ਵੀ ਲੋਕਾਂ ਦੀ ਲੁੱਟ ਕਿੱਦਾਂ ਹੁੰਦੀ ਸੀ, ਹੈ ਨਾ, ਵੱਡੇ ਸ਼ੋਰੂਮਾਂ ਦੇ ਜਿੱਥੇ ਲੈਟਾਂ ਸ਼ੱਟਾਂ ਲਾ ਕੇ ਬੜਾ ਟੀਕੇ ਲਾਏ ਜਾਂਦੇ ਭਰ ਭਰ ਕੇ, ਅੱਜ ਵੀ ਲਾਏ ਜਾਂਦੇ ਆ, ਅੱਜ ਵੀ ਲੁੱਟਿਆ ਜਾ ਰਿਹਾ। ਪਰ ਜੇ ਤੁਸੀਂ ਲੋਕਾਂ ਦਾ ਫਾਇਦਾ ਕਰਦੇ ਆ ਅਤੇ ਕੜੇ ਹੋਣ ਕਰਕੇ ਕਰਦੇ ਆ, ਵੀ ਤੁਹਾਡਾ ਇੱਕ ਐਕਸਪੀਰੀਅੰਸ ਸੀਗਾ, ਤੁਹਾਨੂੰ ਪਤਾ ਸੀ ਵੀ ਕਿੱਦਾਂ ਲੋਕਾਂ ਨੂੰ ਬਚਾਉਣਾ। ਦੇਖੋ ਲੋਕਾਂ ਨੂੰ ਮੈਂ ਵੀ ਬਹੁਤ ਲੁੱਟਿਆ ਭਾਅ ਜੀ, ਜਦੋਂ ਨੌਕਰੀ ਕਰਦੇ ਸੀ ਨਾ। ਤੁਹਾਨੂੰ ਮੈਂ ਆਪਣੀ ਲਾਈਫ ਦਾ ਇੰਸੀਡੈਂਟ ਦੱਸਾਂ ਸੱਚ। ਤੁਸੀਂ ਚਲਾਉਣਾ ਹੋਊਗਾ ਚਲਾ ਦਈਓ, ਨਹੀਂ ਚਲਾਉਣਾ ਹੋਊਗਾ ਨਾ ਚਲਾਈਓ, ਪਰ ਸੁਣਨੀ ਗੱਲ ਪੂਰੀ ਆ। ਠੀਕ ਆ, ਆਹ ਲਾਈਟ ਮੱਥੇ ਲੱਗਦੀ, ਗੱਦੀ 'ਤੇ ਬੈਠਾ ਵਾਂ। ਇੱਕ ਵਾਰੀ ਮੇਰੇ ਕੋਲ ਇੱਕ ਕਸਟਮਰ ਆਉਂਦਾ ਭਾਅ ਜੀ, ਮੈਂ ਨੌਕਰੀ ਕਰਦਾ, ਮੈਂ ਸ਼ੋਪ ਦਾ ਨਾਮ ਨਹੀਂ ਲਊਂਗਾ, ਅਤੇ ਕਸਟਮਰ ਆਉਂਦਾ, ਕਸਮ ਲੱਗੇ ਜਿਹਦੀ ਮਰਜ਼ੀ ਇਹ ਸੱਚ ਆ, ਅਤੇ ਮੈਨੂੰ ਕਹਿੰਦਾ ਇੱਕ ਸ਼ੋਲ ਦਿਖਾਓ। ਸ਼ੋਲ ਖੋਲ੍ਹਣੇ ਸ਼ੁਰੂ ਕਰਤੇ, 700 ਦਾ, 800 ਦਾ, ਥੋੜ੍ਹੀ ਗੱਲ ਲੰਬੀ ਹੋ ਜੂਗੀ ਬਟ ਸੁਣੀਓ ਜ਼ਰੂਰ, ਮੇਰੀ ਲਾਈਫ ਕਿੱਥੋਂ ਬਦਲਦੀ ਆ, ਮੇਰੀ ਲਾਈਫ ਕਿੱਥੋਂ ਬਦਲਦੀ, ਇੱਥੋਂ ਬਦਲਦੀ ਆ। 700 ਦਾ, 800 ਦਾ, 900 ਦਾ, 600 ਦਾ, 500 ਦਾ। ਉਹ ਬੀਬੀ ਮੈਨੂੰ ਕਹਿੰਦੀ, ਉਹ ਬੀਬੀ ਨਹੀਂ ਸੀ, ਸਿੱਖ ਧਰਮ ਤੋਂ ਸੀਗੇ, ਉਹਨਾਂ ਨੇ ਉਹ ਸ਼੍ਰੀ ਸਾਹਿਬ ਪਾਇਆ ਸੀ, ਅੰਮ੍ਰਿਤ ਛਕਿਆ ਸੀ, ਮੇਰੇ ਲਈ ਉਹ ਪਰਮਾਤਮਾ ਦਾ ਰੂਪ ਬਣ ਕੇ ਆਏ। ਅੱਜ ਜੇ ਮੈਂ ਇੱਥੇ ਹਾਂ ਉਹਨਾਂ ਦੀ ਬਦੌਲਤ ਆ। ਮੈਨੂੰ ਅੱਜ ਤੱਕ ਉਹ ਮਾਤਾ ਮਿਲੀ ਨਹੀਂ, ਰਹਿਣਾ ਤਾਂ ਪਤਾ ਨਹੀਂ ਆਪਾਂ ਵੀ ਹਾਂ ਕਿ ਨਹੀਂ ਰਹਿਣਾ, ਕਦ ਕਿੰਨੀ ਦੇਰ ਰਹਿਣਾ, ਉਹ ਵੀ ਵਿਚਾਰੀ ਪਤਾ ਨਹੀਂ, ਜਿੱਥੇ ਵੀ ਹੋਵੇ ਰਾਜ਼ੀ ਰਹੇ, ਮੇਰੀ ਲਾਈਫ ਬਦਲਣ ਵਾਲੀ ਉਹ ਆ। ਮੈਨੂੰ ਕਹਿੰਦੀ, ਪੁੱਤ ਰੇਟ ਦੀ ਕੋਈ ਗੱਲ ਨਹੀਂ, ਸ਼ੋਲ ਦਿਖਾ, ਥੋੜ੍ਹੇ ਜਿਹੇ ਪਲੇਨ ਹੋਵੇ ਭਾਵੇਂ ਵਧੀਆ ਹੋ ਜਾਵੇ। ਹਿਤੇਸ਼ ਨਈਅਰ ਜੀ ਦਾ ਦਿਲ ਬੇਈਮਾਨ, ਨੌਕਰੀ ਕਰਦੇ ਵੀ ਕਮਿਸ਼ਨ ਵਧੀਆ ਬਣ ਜੂਗੀ। ਮੈਂ ਕਿਹਾ ਆ ਗਈ ਬੀਬੀ ਅੜਿੱਕੇ, ਕਸਮੀ ਗੱਲ ਆ ਭਾਅ ਜੀ। ਅਤੇ ਮੈਂ ਕਿਹਾ ਬੀਬੀ ਅੜਿੱਕੇ ਆ ਗਈ, ਮੈਂ ਆਪਣੇ ਮਾਲਕ ਨੂੰ ਕਹਿੰਦਾ, ਸਾਹਮਣੇ ਚਾਚੇ ਰੇਹੜੀ ਲੈਂਦਾ ਸੀ, ਉਹਨੂੰ ਚਾਚਾ ਕਹੀਦਾ ਸੀ, ਚਾਚੇ ਦੀ ਰੇਹੜੀ ਤੋਂ ਸ਼ੋਲ ਲੈ ਆ। ਉਹ 150 ਰੁਪਏ ਦੀ ਆਪਣੇ ਸੇਲ ਲੈਂਦਾ ਸੀ ਸ਼ੋਲ, 150 ਰੁਪਏ ਦੀ ਪਲੇਨ ਸ਼ੋਲ ਆ ਗਈ। ਸ਼ੋਲ ਖੋਲ੍ਹੀ, ਕਹਿੰਦੀ ਆਹ ਸਹੀ ਆ, ਕਿੰਨੇ ਦੀ?
1800 रुपए की, 120 रुपए की चाचे ने सानू लाई सी, कसमी गल है। मैं कहा 1800 रुपए की लुट, इनू कहिंदे आ 1800 ही दे गए। ओ गलत सुनो, कहिंदी पुत 1800 दा ज्यादा जायज जायज दस किसे मरे दे उत्ते देनी आ। भाजी मेरी जिंदगी दा लास्ट इंसीडेंट आ ओ लुट दा, कसम चुका दो जिथे मर्जी मंदिर गुरुद्वारे जिथे मर्जी चढ़ा दियो, मेरे ना लत्तां कंबल लग पईआं, फिर तां मरे उत्ते देनी आ, मरना सारिआं ने। मैं उहनूं कहिंदा बीबी पैसे दे चाहे ना दे, एंड सारिआं ने मरना, तू जो मर्जी दे दे। ਉਹ ਕਹਿੰਦੀ ਮੈਂ ਬਾਬੇ ਨਾਨਕ ਦੀ ਤੇਰਾ ਹੀ ਤੇਰਾ ਦੇਣੀ ਆ, ਬਟ ਮੇਰੇ ਹੱਥ ਕੰਬਦੇ ਪਏ ਆ। ਕਹਿੰਦੀ ਪੁੱਤ ਘੱਟ ਵਾ ਤੇ ਹੋਰ ਲੈ ਲੈ, ਉਹ ਮੈਨੂੰ ਕਹਿ ਰਹੀ ਆ। ਮੈਂ ਕਿਹਾ ਨਹੀਂ ਮਾਤਾ ਠੀਕ ਆ, 1300 ਰੁਪਏ ਦੇ ਰਹੇ ਆ, ਉਹ 1300 ਦੇ ਰਹੀ ਆ, ਉਹ ਤੋਂ ਕਹਿ ਰਹੀ ਜੇ ਘੱਟ ਵਾ ਤੇ ਹੋਰ ਲੈ ਲੈ। ਬਟ ਮੈਂ ਜਿੱਦਾਂ ਇੱਕ ਰੱਬ ਨੇ ਤੁਹਾਨੂੰ ਰਾਹ ਦਿਖਾਉਣਾ ਅੱਗੇ ਜਾਣ ਦਾ, ਉਹ ਮਾਤਾ ਦੇ ਸਰੇ ਜਰੀਏ ਚਲੋ ਮਾਤਾ ਚਲੀ ਗਈ 1300 ਦੇ ਕੇ। ਉਹ ਕਹਿੰਦੀ ਜੇ ਘੱਟ ਆ ਹੋਰ ਲੈ ਲੈ। ਮੈਂ ਕਿਹਾ ਨਹੀਂ ਮਾਤਾ ਠੀਕ ਆ, ਥੱਲੇ ਆਉਂਦੇ ਮਾਲਕ ਕੋ, ਹੁਣ ਮਾਲਕ ਵੀ ਮੇਰੇ ਚੰਗੇ ਸੀਗੇ। ਕਹਿੰਦੇ ਪੁੱਤ ਕੀ ਕਰਨਾ, ਹਿਸਾਬ ਤਾਬ ਲਾਇਆ ਕੈਲਕੂਲੇਟ, ਮੇਰੀ ਇੰਨੀ ਕਮਿਸ਼ਨ ਬਣਦੀ। ਮੈਂ ਕਿਹਾ ਭਾਅ ਜੀ ਇਨਸਾਨੀਅਤ ਇਹ ਕਹਿੰਦੀ ਆ, ਇੱਕ ਨਾ ਦੁਸ਼ਮਣਤ ਵਾਲਾ ਗੱਲਾ ਰੱਖਿਆ ਹੋਇਆ ਸੀ। ਮੈਂ ਕਿਹਾ ਚਾਚੇ ਦੇ ਪੈਸੇ ਚਾਚੇ ਨੂੰ ਦੇ ਕੇ, ਬਾਕੀ ਪੈਸੇ ਦੁਸ਼ਮਣਤ ਵਾਲੇ ਗੱਲੇ 'ਚ ਪਾ ਦਿਓ। ਦੁਸ਼ਮਣਤ ਵਾਲੇ ਗੱਲੇ 'ਚ ਪੈਸੇ ਪਾ ਤੇ, ਬੀਬੀ ਕੋਲ ਤਾਂ 1300 ਲੈ ਲਿਆ ਨਾ ਆਪਾਂ, ਚਾਹੇ ਦੁਸ਼ਮਣਤ ਵਾਲੇ ਗੱਲੇ 'ਚ ਪੈਸੇ ਚਾਹੇ ਕਿਸੇ ਗਰੀਬ ਨੂੰ ਤੇ, ਪਰ ਬੀਬੀ ਕੋਲ ਤਾਂ 1300 ਲੈ ਲਿਆ। ਮੁੰਡੇ ਕਹਿੰਦੇ ਹੁਣ, ਮੈਂ ਕਿਹਾ ਅੱਜ ਮੇਰਾ ਨੌਕਰੀ ਦਾ ਆਖਰੀ ਦਿਨ ਆ। ਕਹਿੰਦੇ ਕਿਉਂ? ਮੈਂ ਕਿਹਾ ਯਾਰ ਸਾਡੇ ਐਡੇ ਐਡੇ ਕੀੜੇ ਪੈਣੇ ਆ, ਮੈਂ ਉਹਨੂੰ ਇਹ ਕਹਿ ਕੇ ਆਇਆ ਮੁੰਡਿਆਂ ਨੂੰ। ਕਹਿੰਦੇ ਫਿਰ? ਮੈਂ ਕਿਹਾ ਮੇਰੇ ਕੋਲ ਪੈਸੇ ਥੋੜ੍ਹੇ ਬਹੁਤੇ ਹੈਗੇ ਸੀਗੇ ਭਾਅ ਜੀ, ਅਤੇ ਮੈਂ ਕਿਹਾ ਮੈਂ ਹੁਣ ਫੜੀ ਲਾਉਣ ਲੱਗਾ। ਉਹ ਮਾਤਾ ਮੇਰੀ ਲਾਈਫ, ਉਹ ਸੀਨ ਨਾ ਹੁੰਦਾ ਮੈਂ ਫੜੀ ਨਾ ਲਾਉਂਦਾ। ਫੜੀ ਲਾਈ, ਫੜੀ ਤੋਂ ਹੌਲੀ ਹੌਲੀ ਦੁਕਾਨ 'ਤੇ ਆਏ, ਦੁਕਾਨ ਤੋਂ ਅੱਜ ਇੱਥੇ ਬੈਠੇ। ਉਹ ਮਾਂ ਨਹੀਂ ਸੀਗੀ ਮੇਰੇ ਲਈ ਆਈ, ਉਹ ਮਾਂ ਜਿੱਥੇ ਵੀ ਆ ਰਾਜੀ ਰਹੇ, ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੀ ਉਹ ਮਾਂ ਵਾ। ਮੇਰਾ ਇੱਕ ਇੱਕ ਬਾਲ, ਇੱਕ ਇੱਕ ਕੋਟ ਉਹਨੂੰ ਨਮਨ ਕਰਦਾ, ਉਹਨੂੰ ਸਤਿ ਸ਼੍ਰੀ ਅਕਾਲ ਕਹਿੰਦਾ, ਉਹਨੂੰ ਨਮਸਕਾਰ ਕਹਿੰਦਾ। ਮੈਂ ਅੱਜ ਜੇ ਇੱਥੇ ਹੈਗਾ ਉਹਦੀ ਬਦੌਲਤ ਆ, ਜੇ ਉਹ ਨਾਂ ਦੀ ਪਤਾ ਨਹੀਂ, ਉਹ ਆਪ ਹੀ ਉਹਦੇ ਰੂਪ 'ਚ ਆਇਆ ਸੀਗਾ। ਪਰ ਮੇਰੀ ਤਰੱਕੀ ਉੱਥੋਂ, ਜੇ ਕੋਈ ਕਵੇ ਨਾ ਇਹ ਫੇਕ ਆ, ਮੈਨੂੰ ਜਿੱਥੇ ਮਰਜ਼ੀ ਚੜ੍ਹਾ ਦਿਉ, ਜਿਹਦੀ ਮਰਜ਼ੀ ਕਸਮ ਚੁਕਾ ਦਿਉ, ਇਹ ਗੱਲ ਸੱਚ ਵਾ, ਇੱਦਾਂ ਹੋਈ ਹੈ। ਸੋ ਹਮੇਸ਼ਾ ਹੀ ਕਿਸੇ ਨਾ ਕਿਸੇ ਬੰਦੇ ਦੀ ਲਾਈਫ ਦੇ ਵਿੱਚ ਚੇਂਜਸ ਤਾਂ ਆਉਂਦੀ ਆ ਨਾ, ਇਹ ਤੁਹਾਡਾ ਆਪਣਾ ਦਿਮਾਗ ਹੁੰਦਾ ਵੀ ਤੁਸੀਂ ਉਸਨੂੰ ਬਦਲਣਾ ਜਾਂ ਨਹੀਂ ਬਦਲਣਾ। ਭਾਵੇਂ ਉਹ 1300 ਕਹਿੰਦੀ ਸੀ, ਕਹਿ ਸਕਦੇ ਨਹੀਂ ਜੀ ਥੋੜ੍ਹੇ ਆ 1500 ਵੀ ਲੈ ਲੈਂਦੇ, ਭਾਵੇਂ ਦਸ਼ਵੰਤ ਦੇ ਗੱਲੇ 'ਚ ਪੈਸੇ ਨਾ ਵੀ ਪਾਉਂਦੇ, ਕਹਿ ਲੈਂਦੇ ਵੀ 120 ਦੇ ਦਿਓ ਚਾਚੇ ਨੂੰ ਤਾਂ ਬਾਕੀ ਕਰ ਲਓ ਅੱਧੇ ਅੱਧੇ, ਜਾਂ ਜੋ ਵੀ ਸੀ ਨਾ ਉਹ ਪੈਸੇ ਆਪਣੀ ਜੇਬ 'ਚ ਵੀ ਪਾ ਸਕਦੇ ਸੀ। ਪਰ ਇਹਨਾਂ ਨੇ ਇਹ ਸੋਚਿਆ, ਸੱਟ ਵੱਜੀ ਨਾ, ਹਰੇਕ ਦੇ ਸੱਟ ਵੱਜਦੀ ਆ, ਮੇਰੇ ਵੀ ਤੁਹਾਡੇ ਵੀ ਹਰੇਕ ਦੇ ਵੱਜਦੀ ਆ, ਹੁਣ ਆਪਾਂ ਦੇਖਣਾ ਆਪਾਂ ਕਿੰਨੇ ਕੁ ਢੀਠ ਹਾਂ। ਜੇ ਆਪਾਂ ਕਹਿਣਾ ਵੀ ਨਹੀਂ ਹੈ ਹੀ ਕੁਛ ਨਹੀਂ, ਫਿਰ ਤਾਂ ਬਾਕੀ ਸੱਚੀ ਕੁਛ ਨਹੀਂ, ਜੇ ਆਪਾਂ ਦੇਖੀਏ ਹੈ ਕੀ ਹੈ ਤਾਂ ਹੈ ਵੀ ਬਹੁਤ ਕੁਛ ਨਾ। ਸੋ ਉਹਨਾਂ ਗੱਲਾਂ ਕਰਕੇ ਇਹ ਇਹਨਾਂ ਦੀ ਚੇਂਜਸ ਆਈ ਸੀ, ਜਿਸ ਕਰਕੇ ਅੱਜ ਇਹ ਤੁਸੀਂ ਜਿੰਨੇ ਦੁਕਾਨਦਾਰ ਆ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਹੋਲਸੇਲ ਦਾ ਕੀ ਕੀਮਤ ਹੈ ਇਹਦੀ। ਜਿੰਨੇ ਰਿਟੇਲਰ ਆ ਜਿਹੜੇ ਘੁੰਮਦੇ ਫਿਰਦੇ ਆ, ਗਾਹਕ ਹੈਗੇ, ਉਹਨਾਂ ਨੂੰ ਪਤਾ ਵੀ ਇਹਦੇ ਕੀ ਰੇਟ ਆ। ਅੱਜ ਦੇ ਟਾਈਮ 'ਚ ਕਿੱਥੇ ਪਤਾ ਲੱਗਦਾ, ਉਹ ਚੀਜ਼ਾਂ ਹੈ ਨਹੀਂ ਵੀ ਤੁਸੀਂ ਇੰਨੇ ਦੀ ਚੀਜ਼ ਲਈ ਤਾਂ ਮਹਿੰਗੀ ਵੇਚ ਦੂੰਗੇ। ਪਰ ਇਹਦੇ ਵਿੱਚ ਬਹੁਤ ਘੱਟ ਮਾਰਜਨ 'ਤੇ ਇਹ ਵੇਚ ਰਹੇ ਆ। ਅਸੀਂ ਹਮੇਸ਼ਾ ਇਹਨਾਂ ਕੋਲ ਕਿਉਂ ਆਉਂਦੇ, ਇਸੇ ਕਰਕੇ ਆਉਂਦੇ ਹਾਂ ਵੀ ਚਲੋ ਯਾਰ ਤੁਸੀਂ ਲੋਕਾਂ ਦਾ ਫਾਇਦਾ ਕਰਦੇ ਹੋ, ਲੋਕਾਂ ਦੇ ਫਾਇਦੇ ਹੁੰਦੇ ਆ। ਕੋਈ ਦੇਖੋ ਇੱਥੇ ਦਿੱਲੀ ਆਈ ਜਾਂਦਾ ਆ, ਦੇਖੋ ਦਿੱਲੀ ਕਿੰਨੀ ਦੂਰ ਆ, 365-400 ਕਿਲੋਮੀਟਰ ਹੈ ਨਾ। ਕੋਈ ਅੰਮ੍ਰਿਤਸਰ ਤੋਂ ਆ ਰਿਹਾ, ਕੋਈ ਬਠਿੰਡਾ, ਮਾਨਸਾ, ਮੋਗਾ, ਹਰਿਆਣਾ, ਰਾਜਸਥਾਨ, ਹਿਮਾਚਲ, ਇੰਗਲੈਂਡ, ਕੈਨੇਡਾ, ਅਮਰੀਕਾ, ਪਤਾ ਨਹੀਂ ਕਿੱਥੋਂ ਕਿੱਥੋਂ ਆਰਡਰ ਆਈ ਜਾਂਦੇ ਆ, ਤਾਂ ਆਉਂਦੇ ਆ ਨੀਤ ਨੂੰ ਮੁਰਾਦਾਂ। ਚੰਗਾ ਕੀਤਾ ਸੀ, ਰਿਜ਼ਲਟ ਚੰਗਾ ਆ ਰਿਹਾ। ਸੋ ਬਾਈ ਜੀ, ਪਰ ਇਹ ਵੀ ਠੀਕ ਆ ਜੋ ਗੱਲਾਂ ਤੁਸੀਂ ਠੋਕ ਕੇ ਕਹੀਆਂ, ਇੱਦਾਂ ਅੱਜ ਤੱਕ ਕਿਸੇ ਨੇ ਕੈਮਰੇ 'ਤੇ ਨਹੀਂ ਕਿਹਾ ਵੀ ਮੈਂ ਵੀ ਡਾਕੂ ਸੀਗਾ, ਮੈਂ ਵੀ ਲੁਟੇਰਾ ਸੀਗਾ। ਲੁਟੇਰਾ ਹੀ ਹੋ ਗਿਆ ਜਦੋਂ ਆਪਾਂ ਕਿਸੇ ਨੂੰ ਲੁੱਟਣਾ ਹੈ ਨਾ ਕਿਸੇ ਦੇ ਕਿਸੇ ਕੰਮ 'ਚ, ਉਹ ਗੱਲਾਂ ਕਿਸੇ ਨੇ ਨਹੀਂ ਕੀਤੀਆਂ ਜੋ ਅੱਜ ਤੁਸੀਂ ਗੱਲਾਂ ਇਹ ਕਹੀਆਂ। ਤੁਸੀਂ ਕਿਹਾ ਸੀ ਚਲਾਉਣੀਆਂ ਚਲਾ ਦਿਓ, ਨਹੀਂ ਚਲਾਉਣੀਆਂ ਨਾ ਚਲਾਇਓ, ਤੁਸੀਂ ਰੋਕੋਗੇ, ਮੈਂ ਤਾਂ ਵੀ ਨਹੀਂ ਰੋਕੂੰਗਾ, ਮੈਂ ਇਹ ਗੱਲਾਂ ਸਾਰੀਆਂ ਚਲਾਊਂਗਾ। ਭਾਅ ਜੀ ਕੋਈ ਇਹਦੀ ਆਪਣੀ ਪਲੈਨਿੰਗ ਨਹੀਂ ਸੀ, ਗੱਦੀ 'ਤੇ ਬੈਠਾ, ਜਿਹਦੀ ਮਰਜ਼ੀ ਸੋਚ ਕਰ ਲਓ। ਔਰ ਇਸ ਤੋਂ ਬਾਅਦ ਮੈਂ ਹੁਣ ਤੁਹਾਨੂੰ ਸੂਟ ਨਹੀਂ ਕੋਈ ਦਿਖਾਉਣਾ, ਮੇਰੇ ਕੋਲ ਵਰਾਇਟੀ ਬਹੁਤ, ਮੈਂ ਇਮੋਸ਼ਨਲ ਹੋ ਗਿਆ। ਪਤਾ ਕਿਉਂ? ਫਿਰ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ, ਅੱਜ ਇਹ ਗੱਲਾਂ ਹੀ ਕਰਾਂਗੇ। ਭਾਅ ਜੀ ਮੈਂ ਹੁਣ ਇਹ ਚਾਹੁੰਦਾ ਸੀ, ਸੋਰੀ ਮੈਂ ਇਹ ਚਾਹੁੰਦਾ ਸੀ, ਚਲੋ ਠੀਕ ਆ ਆਪਾਂ ਥੋੜ੍ਹੇ ਜਿਹੇ ਕਸਟਮਰ ਉਧਾਰੀਏ, ਆਹ 3-4 ਕੁ ਪਏ ਆ, ਇਹ ਦਿਖਾ ਦਿਓ, ਬਾਅਦ 'ਚ ਨਾ ਦਿਖਾਓ, ਆਪਾਂ ਵੀਡੀਓ ਬੰਦ ਕਰ ਦਿੰਦੇ ਹਾਂ। ਆਹ 3-4 ਕੁ ਦਿਖਾ ਦਿਓ, ਹੁਣ ਖੁੱਲ੍ਹੇ ਆ, ਕੀ ਪਤਾ ਹੁੰਦਾ ਕਿਸੇ ਨੂੰ ਕੀ ਫਾਇਦਾ ਹੋਇਆ ਨਾ। ਪਰ ਜੇ ਮੈਂ ਕਹਿ ਦੇਵਾਂ ਨਾ, ਮੈਂ ਦੁੱਧ ਦਾ ਧੋਤਾ ਹੋ ਗਿਆ, ਉਹ ਤੋਂ ਪਹਿਲਾਂ ਜਿਹੜੇ ਮੈਂ ਪਾਪ ਕੀਤੇ ਆਪਣੀਆਂ ਕਮਿਸ਼ਨਾਂ ਬਣਾਉਣ ਲਈ, ਲੋਕਾਂ ਨੂੰ ਠੱਗਿਆ ਵਾ, ਮਾਲਕਾਂ ਨੂੰ ਖੁਸ਼ ਕਰਨ ਲਈ ਲੋਕਾਂ ਨੂੰ ਠੱਗਿਆ ਵਾ, ਉਹਦਾ ਮੈਨੂੰ ਖਾਮਿਆਂ ਭੋਗਣਾ ਹੀ ਪੈਣਾ ਵਾ, ਇਹ ਸੱਚ ਵਾ। ਹੁਣ
यात्रा करवाने या कुछ भी करवाने ये उस चीज़ का एक पहलू आ भी पहला जेड़े पाप किते थोड़े धोते जाए सामने। मैं अपनी लाइफ च मैं हिसाब लाया 34 तो प्लस असं फ्री भी यात्रा करवा चुके हैं हूँ तुहाडे सामने पिछे भी लै गए पर मैं कल्ला नहीं कराना सारे दे योगदान दे नाल हुंदा पर एक हुंदा वा भी यात्रा करवा दीए। बट अज मैं लाइफ च पहली बार इन्ना इमोशनल होया वा पता नहीं वो बीबी किदे रूप च आई सी पर यह गल पक्की है जिहड़े असीं पहला बेईमानियां कीतियां ਇਹ ਸਾਨੂੰ ਭੋਗਣੀਆਂ ਹੀ ਪੈਣੀਆਂ। ਪਰ ਹੁਣ ਜਿਹੜੇ ਆਪਾਂ ਜੀ ਆ ਵੀ ਆ ਖੁੱਲਾ ਸੀ ਪਹਿਲਾਂ ਇਹਦਾ ਨਹੀਂ ਦੱਸਿਆ ਤੁਸੀਂ ਕੁਛ ਪਰ ਜਿਹੜੇ ਆਪਾਂ ਹੁਣ ਕਰਮ ਕਰ ਰਹੇ ਹਾਂ ਸਾਨੂੰ ਇਹਦਾ ਫਲ ਵੀ ਮਿਲੂਗਾ। ਮੈਂ ਮੁੰਡਿਆਂ ਨੂੰ ਕਿਉਂ ਕਹਿੰਦਾ ਹੁੰਦਾ ਵੀ ਜੇ ਤੁਸੀਂ ਮਹਿੰਗਾ ਵੇਚ ਦੂੰਗੇ ਮੈਂ ਤੁਹਾਡੀ ਕੋਈ ਤਨਖਾਹ ਨਹੀਂ ਵਧਾ ਦੇਣੀ, ਸਾਡੀਆਂ ਵਧਦੀਆਂ ਆਈਆਂ, ਸਾਡੀਆਂ ਕਮਿਸ਼ਨਾਂ ਵੱਧ ਮਿਲਦੀਆਂ ਆਈਆਂ। ਮੁੰਡਿਆਂ ਨੂੰ ਕੋਈ ਇੱਦਾਂ ਨਹੀਂ ਹੈਗਾ ਕਿ ਇੰਨੇ ਦਾ ਵੇਚ ਦੂੰਗਾ ਤੇਰੀ ਇੰਨੀ ਕਮਿਸ਼ਨ। ਭਾਈ ਇੱਕ ਗੱਲ ਮੈਨੂੰ ਹੋਰ ਵਧੀਆ ਲੱਗੀ, ਰਜਤ ਇੱਧਰ ਆ ਬਈ, ਇੱਥੇ ਆਓ ਇੱਥੇ। ਮੈਨੂੰ ਇਹ ਵੀ ਪਤਾ ਲੱਗਾ ਮੈਂ ਰਜਤ ਨਾਲ ਗੱਲ ਕਰਦਾ ਸੀ ਪਿਛਲੀ ਵਾਰੀ ਤੁਸੀਂ ਇੱਥੇ ਨਹੀਂ ਸੀਗੇ, ਮੈਂ ਕਿਹਾ ਰਜਤ ਕਿੰਨਾ ਕਮਿਸ਼ਨ ਬਣ ਜਾਂਦਾ, ਕਹਿੰਦੇ ਬਾਈ ਜੀ ਬਾਊ ਸਾਡੇ ਕਮਿਸ਼ਨ ਦਿੰਦੇ ਨਹੀਂ। ਮੈਂ ਕਿਹਾ ਕਮਿਸ਼ਨ ਨਹੀਂ ਦਿੰਦੇ ਮਤਲਬ ਕੀ, ਮੈਂ ਕਮਿਸ਼ਨ ਤੋਂ ਬਿਨਾਂ ਤਾਂ ਗੱਡੀ ਚੱਲਣੀ ਨਹੀਂ, ਇਹਦੀਆਂ ਗੱਲਾਂ ਆ। ਕਹਿੰਦਾ ਕਮਿਸ਼ਨ ਨਹੀਂ ਦਿੰਦੇ ਪਰ ਜੇ ਬਾਜ਼ਾਰ ਦੇ ਵਿੱਚ ਕਿਸੇ ਦੀ 10,000 ਤਨਖਾਹ, ਸਾਡੀ ਤਨਖਾਹ ਇੱਥੇ 20,000 ਆ। ਮੈਂ ਕਿਹਾ ਮੇਰੇ ਸਮਝ ਤੋਂ ਬਾਹਰ ਹੈ ਵੀ ਕਮਿਸ਼ਨ ਤੁਹਾਨੂੰ ਦਿੰਦੇ ਨਹੀਂ, ਤਨਖਾਹ ਡਬਲ ਦੇਈ ਜਾਂਦੇ, ਵੀ ਇਹ ਕਿੱਦਾਂ ਕਰੀ ਜਾਂਦੇ ਆ, ਇਹ ਸਮਝੋ ਬਾਹਰ ਆ। ਹਰੇਕ ਬੰਦਾ ਸੇਲਜ਼ਮੈਨ ਚਾਹੁੰਦਾ ਵੀ ਮੈਂ ਵੱਧ ਵੇਚ ਦਵਾਂ, ਸ਼ਾਮ ਨੂੰ ਬਾਊ ਤੋਂ ਕਮਿਸ਼ਨ ਲੈ ਲਊਗਾ। ਇਹਨਾਂ ਦੇ ਕੀ ਆਰਡਰ ਆ ਸਾਨੂੰ? ਦੇਖੋ ਭਾਈ, ਇਹਨਾਂ ਨੇ ਜੋ ਵੀ ਆਪਾਂ ਡੀਲ ਕਰਦੇ ਹਾਂ ਕਸਟਮਰ ਦੇ ਨਾਲ, ਜੋ ਵੀ ਰੇਟ ਦਿੰਦੇ ਹਾਂ ਉਹੀ ਆਪਾਂ ਰੇਟ ਦੇਣਾ ਸਭ ਨੂੰ। ਮਤਲਬ ਜੇ ਕਸਟਮਰ ਨੂੰ ਤਾਂ ਆਪਾਂ 395 ਦੱਸਿਆ ਤਾਂ 395 ਦੇਣਾ, ਉਹਦੇ 'ਚ ਇਹ ਨਹੀਂ ਹੈਗਾ ਜੇ 25 ਰੁਪਏ ਅਸੀਂ ਆਪਣੇ ਨਹੀਂ ਰੱਖਣੇ ਹੈਗੇ, ਜੋ ਆਪਾਂ ਦੇਣਾ ਕਸਟਮਰ ਨੇ ਕਹਿਣਾ। 395 ਵਾਲਾ ਸੂਟ ਮੰਨ ਲਓ ਕਿਸੇ ਭੋਲੇ ਬੰਦੇ ਨੂੰ 700 ਦਾ ਵੇਚ ਵੀ ਦਿੱਤਾ, ਹਾਂਜੀ, ਕਿੰਨਾ ਕਮਿਸ਼ਨ ਮਿਲਦਾ ਇੱਧਰੋਂ ਭਾਜੀ? ਇਸ ਫਿਰ ਡਾਂਟ ਜਿਹੜੀ ਆ ਉਹ ਵੀ ਪੈਂਦੀ ਹੈ। ਦੇਖੋ ਨਾ, ਜੇ ਕਹਿੰਦੇ ਨਾ ਗੁਰੂ ਦਾ ਆਪਾਂ ਚੇਲੇ ਬਣੇ ਆ, ਜੇ ਪਿਆਰ ਮਿਲਣਾ ਤਾਂ ਗਾਲਾਂ ਵੀ ਪੈਣੀਆਂ ਵਾ, ਉਹ ਆਪਾਂ ਨੂੰ ਆਪਾਂ ਪਹਿਲੇ ਵੇਚਣੇ ਕਾਹਨੂੰ ਆ। ਜੇ ਆਪਾਂ ਵੇਚ ਕਿਸੇ ਦਾ ਨੁਕਸਾਨ ਕਰਾਂਗੇ ਦੁਕਾਨ ਦਾ ਨੁਕਸਾਨ ਹੋਣਾ ਨਾ, ਜੇ ਆਪਾਂ ਕਿਸੇ ਨੂੰ ਵੱਧ ਦੇਵਾਂਗੇ ਕਸਟਮਰ ਨੇ ਦੁਬਾਰਾ ਤਾਂ ਨਹੀਂ ਆਉਣਾ ਸਾਡੇ ਕੋਲ। ਲੋਕਾਂ ਨੇ ਸਟਾਰਟਿੰਗ 'ਚ ਨਾ ਇੱਕ ਦੋ ਵਾਰੀ ਮੁੰਡਿਆਂ ਨੇ ਗਲਤ ਕੰਮ ਕੀਤਾ ਵੀ ਸੀਗਾ, ਅਤੇ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ, ਮੈਂ ਕਿਹਾ ਜੇ ਮੈਨੂੰ ਸਟਾਰ ਬਣਾਉਣ ਲਈ ਇੰਨੀ ਮਿਹਨਤ ਕਰਨੀ ਪਈ, ਦੁੱਲ ਸ਼ੋਹਰਤ ਕਮਾਉਣ ਲਈ ਇੰਨੀ ਮਿਹਨਤ ਕਰਨੀ ਪਈ, ਤੁਹਾਡਾ ਇੱਕ ਮਹਿੰਗਾ ਸੂਟ ਵੇਚਿਆ ਨਾ ਮੈਨੂੰ ਸੜਕਾਂ 'ਤੇ ਵੀ ਲਿਆ ਸਕਦਾ, ਲਿਆ ਨਹੀਂ ਲਿਆ ਸਕਦਾ। ਮੇਰੀ ਇੱਕ ਵੀ ਕਮੀ ਨੂੰ ਲੋਕਾਂ ਨੇ ਇੱਥੇ ਤੱਕ ਲੈ ਜਾਣਾ ਵੀ ਇਹ ਤਾਂ ਇੱਦਾਂ ਕਰਦੇ ਫੈਂਸੀ ਕਰੈਕਸ਼ਨ, ਫਰੋਡ ਕਰਦੇ ਨਾ, ਫਰੋਡ ਕੀਤਾ ਸੀ ਨਾ ਕੀਤਾ ਕਰਾਂ, ਯਾਨੀ ਕਰਦੇ ਹਾਂ ਨਾ ਕਰਾਂਗੇ। ਜਵਾਨ ਦਿਨੇ ਰਘੂਕੁਲ ਰੀਤ ਸਦਾ ਚੱਲੀ ਆ, ਇਹ ਪ੍ਰਾਣ ਜਾਏ ਪਰ ਵਚਨ ਨਾ ਜਾਏ। ਇਹ ਹੋ ਸਕਦਾ 25 ਦੀ ਜਗ੍ਹਾ 50 ਕਮਾ ਲਾਂਗੇ, ਇੰਨਾ ਕੁ ਦਿਲ ਬੇਈਮਾਨ ਕਰ ਲਾਂਗੇ। ਮੈਨੂੰ ਗੱਲ ਦੱਸੋ ਵੀ ਦੁਕਾਨਦਾਰਾਂ ਦੇ ਮੁੰਡੇ ਤਨਖਾਹ ਘੱਟ ਆ ਤੁਹਾਡੇ ਨਾਲ, ਹੁਣ ਅੱਧੀਆਂ ਕਮਿਸ਼ਨ ਦਿੰਦੇ ਆ ਮੁੰਡੇ ਵਿਚਾਰੇ ਫੇਸ, ਤੁਸੀਂ ਕਮਿਸ਼ਨ ਦਿੰਦੇ ਕੋਈ ਨਹੀਂ, ਤਨਖਾਹਾਂ ਤੁਸੀਂ ਡਬਲ ਕੀਤੀਆਂ ਆ, ਆਪਣੇ ਘਰ ਵੀ ਕੁਛ ਲੈ ਜਾਂਦੇ ਹੋ 2,000 ਰੁਪਈਏ? ਨਹੀਂ ਪਤਾ ਕਿੱਦਾਂ ਭਾਅ ਜੀ, ਕਮਿਸ਼ਨ ਇੱਦਾਂ ਹੁੰਦੀ ਨਾ, ਮੰਨ ਲਓ ਆਹ ਸੂਟ 1995 ਦਾ, ਮੈਂ ਰਜਤ ਨੂੰ ਕਹਿ ਦਵਾਂ 3,000 ਦਾ ਵੇਚ ਦੇ, ਓਵਰ ਡਿਊ 'ਚੋਂ ਤੈਨੂੰ 15, ਮੰਨ ਲਾ 1,000 ਰੁਪਈਆ ਮਹਿੰਗਾ ਵੇਚਿਆ, 15% ਤੇਰੀ ਇਹ ਚੱਲਦਾ ਵੀ 150-13 ਹੋ ਗਿਆ ਹੈ ਨਾ, ਉਹਦੇ ਵਿੱਚ ਤਾਂ ਗਾਹਕ ਕੋਲ ਲੈ ਕੇ ਦੇਣੇ। ਮੰਨ ਲਓ ਜੇ ਵੀਡੀਓ ਗਾਹਕ ਦੇਖ ਲਵੇ 1995 ਦਾ ਪਾਇਆ ਸੀ, ਮੈਂ ਤਾਂ 3,000 ਦਾ ਲੈ ਕੇ ਆਈ, ਉਹਨੇ ਮੇਰੀ ਕਿੰਨੀ ਭੰਡੀ ਕਰਨੀ। ਮੇਰੇ ਮੁੰਡੇ ਮਿਹਨਤ ਬਹੁਤ ਕਰਦੇ ਭਾਅ ਜੀ, ਦੇਖੋ ਸਵੇਰੇ ਸਵੇਰੇ ਇਹਨਾਂ ਨੇ ਆ ਜਾਣਾ, ਤਨਖਾਹਾਂ ਕਿਉਂ ਡਬਲ ਆ, ਸਵੇਰੇ ਸਵੇਰੇ ਇਹਨਾਂ ਨੇ ਆ ਜਾਣਾ, ਯਾਨੀ ਕਿ ਮਾਲ ਵੇਚਣਾ, ਤਹਿ ਲਾਉਣਾ, ਖਾਨੇ 'ਚ ਲਾਉਣਾ, ਫੇਰ ਘਰ ਜਾਣਾ। ਇਹਨਾਂ ਨੇ ਕਦੀ ਟਾਈਮ ਨਹੀਂ ਦੇਖਿਆ ਕਿੰਨੇ ਵੱਜ ਗਏ ਕਿੰਨੇ ਨਹੀਂ। ਮੈਂ ਇਹਨਾਂ ਨੂੰ ਤਾਂ ਹੀ ਆਪਣੇ ਪੁੱਤਾਂ ਵਾਂਗੂ ਰੱਖਿਆ, ਭਰਾਵਾਂ ਵਾਂਗੂ ਰੱਖਿਆ ਵਾ, ਔਰ ਈਵਨ ਕਿ ਕਦੀ ਮੈਂ ਇਹਨਾਂ ਨੂੰ ਇਹ ਨਹੀਂ ਰੋਕਿਆ ਕੀ ਕਰਦੇ ਕੀ ਨਹੀਂ ਕਰਦੇ, ਵੀ ਜੋ ਕਰਦੇ ਵੀ 7 ਵਚਨ ਆ। ਸੋਰੀ ਭਾਅ ਜੀ, ਮੈਂ ਹੁਣ ਗੱਲਾਂ ਕੱਟੀਆਂ, ਤੁਸੀਂ ਗੱਲਾਂ ਖਿੱਚੀ ਜਾਂਦੇ ਆ ਅਤੇ ਗੱਲਾਂ ਕੰਮ ਦੀਆਂ ਆ। ਮੁੱਖ ਦੀ ਗੱਲ ਇਹ ਆ, ਕੋਈ ਚੋਰੀ ਨਹੀਂ, ਕੋਈ ਠੱਗੀ ਨਹੀਂ, ਕੋਈ ਲਾਲਚ ਨਹੀਂ, ਕੋਈ ਟੀਕਾ ਨਹੀਂ ਲਾਉਣਾ, ਕੋਈ ਚੁੰਡੀ ਨਹੀਂ ਬਦਲਣੀ, ਕੋਈ ਲੁੱਟਣਾ ਨਹੀਂ। ਕੋਸ਼ਿਸ਼ ਸਿਰਫ ਇਹਨਾਂ ਦੀ ਇਹ ਆ ਬਾਕੀਆਂ ਤੋਂ ਵੀ ਲੁੱਟ ਤੁਹਾਨੂੰ ਬਚਾ ਦਈਏ। ਇੱਥੇ ਆ ਜਾਓ ਭਾਈ, ਚੁੱਪ ਚਵੀਤੇ ਸੋਚਿਆ ਨਾ ਬੜਾ ਕਰੋ, ਝੋਲੇ 'ਚ ਪੈਸੇ ਪਾ ਕੇ ਜਿੰਨੇ ਵੀ ਲਿਆਉਣੇ ਆ ਉਹ ਅੱਧੇ ਪੈਸੇ ਤੁਹਾਨੂੰ ਇਹਨਾਂ ਵਾਪਸ ਕਰ ਦੇਣੇ ਆ, ਬਿਕੋਜ਼ 10,000 ਵਾਲੀ ਸ਼ੋਪਿੰਗ 5,000 'ਚ, 1,00,000 ਵਾਲੀ 50,000 'ਚ, ਦਾਜ ਵਰੀ ਦੇ ਵਿੱਚ ਤਾਂ ਤੁਹਾਡੇ ਫਾਇਦੇ ਬਹੁਤ ਹੋਣੇ ਆ। ਜਿਹੜੇ ਪੈਸੇ ਤੁਹਾਡੇ ਬਚਣੇ ਤੁਸੀਂ ਹੋਰ ਪਾਸੇ ਆਪਣੇ ਯੂਜ਼ ਕਰ ਸਕਦੇ ਆ। ਬਾਈ ਜੀ ਆਹ ਦਿਖਾਓ 3-4 ਸੂਟ, ਫਿਰ ਕਰੀਏ ਫਿਨਿਸ਼। ਭਾਅ ਜੀ ਪਿਓਰ ਸਿਲਕ ਦੇ ਵਿੱਚ ਬਾਹਾਂ ਕੱਢੀਆਂ, ਸਲਵਾਰ ਕੱਢੀ ਆ, ਦੇਖੋ ਪੂਰਾ ਫਰੰਟ ਕੱਢਿਆ 1995। ਇਹ ਮੈਂ ਨਹੀਂ ਦੇ ਰਿਹਾ, ਉਹ ਜਿਹੜੀ ਮਾਤਾ ਆਈ ਸੀ ਨਾ ਉਹ ਦਵਾ ਰਹੀ ਆ, ਉਹ ਪਤਾ ਨਹੀਂ ਕਿਹਦੇ ਰੂਪ 'ਚ ਆਈ ਸੀ, ਉਹ ਪਤਾ ਨਹੀਂ ਮੈਨੂੰ। ਮੈਂ ਕਈ ਵਾਰੀ ਮੰਮੀ ਨਾਲ ਵੀ ਗੱਲ ਕਰਦਾ ਹੁੰਦਾ, ਅਸੀਂ ਕੰਮ ਕਿੱਦਾਂ ਸ਼ੁਰੂ ਕਰਦੇ, ਥੋੜ੍ਹੇ ਪੈਸੇ ਸੀ, ਥੋੜ੍ਹਾ ਗਹਿਣਾ ਵੇਚ ਕੇ, ਮੰਮੀ ਨੇ ਆਪਣਾ ਮੰਗਲ ਸੂਤਰ ਵੇਚ ਕੇ ਉਦੋਂ ਮੈਨੂੰ ਫੜੀ ਲਵਾ ਕੇ ਦਿੱਤੀ ਸੀ, ਔਰ ਅੱਜ ਦੇਖ ਮਾਤਾ ਨੂੰ ਕਿੰਨਾ ਕੁਛ ਬਣਾ ਕੇ ਦਿੱਤਾ। ਮੈਂ ਕੌਣ ਆ ਬਣਾ ਕੇ ਦੇਣ ਵਾਲਾ? ਮੇਰੀ ਬੰਦਾ ਕਿਹਦੇ ਲਈ ਕਮਾਉਂਦਾ? ਆਪਣੇ ਘਰਦਿਆਂ ਲਈ ਕਮਾਉਂਦਾ ਨਾ, ਸਾਡੇ ਤਾਂ ਸ਼ੌਂਕ ਪੂਰੇ ਹੋ ਗਏ ਜਿਹੜੇ ਕਰਨੇ ਸੀ, ਆਪਾਂ ਆਪਣੀ ਲਾਈਫ ਜੀ ਲਈ, ਹੁਣ ਆਪਾਂ ਆਪਣੇ ਘਰਦਿਆਂ ਦੇ ਕਰਕੇ ਲਾਈਫ ਜੀ ਰਹੇ ਹਾਂ। ਬਾਕੀ ਆ ਦੇਖੋ ਅਗਲੀ ਵਰਾਇਟੀ,
पूरा खोल के दुकाना बाई सौ पचानवे रुपए का इस दो तरह का आंदा दो हज़ार पचानवे का बाई सौ पचानवे का भी पूरा पीस खोल के दिखाना। कई बार है ना कस्टमर को इदा लगता खरे इन्नी की कढ़ाई होनी है, हूँ जे मैं सिंगल हैड का काम करदा कढ़ाई इन्नी कर दवा ये पैसे भी उड़ जाने ना। आ देखो जे तुहानू कोई चौबीस सौ पचानवे का दिंदा लईओ, नहीं तो फैंसी कलैक्शन वाला तुहाडा भरा तुहाडी सेवा विच हाजिर आ, जदों मर्जी अखां मीच के आ जाइओ यकीन करके आइयो। पर एक गल की गरंटी मैं तुहानू कोरे कागज से लिख के देना, आओगे तुसी गाहक बन के पर जाओगे मेरे भैन भरा मेरे माँ प्यो मेरे बच्चों वांगू, जेडे छोटे हो गए बच्चों वांगू बन के जाओगे, बराबर के होगे भैन भरा बन के जाओगे, वड्डे होगे माँ प्यो बन के जाओगे। इस चीज़ की गरंटी है। दुकान खुलन तो पहला मेरी एक माँ सी ठीक है ना, अज मेरे बहुत भैन भरा वा बहुत मावा वा तो बहुत जिनकी प्यार मिल रहा वा, बहुत मैं खुश वा अपनी लाइफ तो। परमात्मा मेरे यही दुआ करता परमात्मा मैंने इतों अगे नहीं लिया ना, ना लिया तेरी मर्जी आ पर इस तो पिछे ना लिया। यदा रेट है चौबीस सौ पचानवे। हाँ जी चौबीस सौ पचानवे भाई जी, अठ हज़ार का भी तुम बेच सकते थे बिकॉज बिकता आया ना। मैं अपने दर्शकों को यही कहना भी जिन्हें भी तुम है तुम है ना आ सारा चेक कर लिया करो, आ फोटो खिंचो नेड़े करके ना, यदि फोटो खिंचो यदि भी फोटो खिंचो लै जाओ अपने आंढ़िया गुआढ़िया दुकाना से डीपली दसा की होंगे। चौबीस सौ पचानवे पच्ची सौ का आया, मालक ने कहना पाँच हज़ार तक कोई कमीशन नहीं, साढ़े मालक ने मैं नाम नहीं लैना, पाँच हज़ार तो उपर वेचूंगे ना जिन्हें का उच्चो सौ मगर पंद्रह रुपए थोड़े। सपोजली मैं सूट अठ हज़ार का बेचता मेरी इस सूट चो साढ़े चार सौ रुपये कमीशन बनती है, इको सूट चो बनाइया बनाइया कितों गाहक न छे लगे। तुम मैं दसदा पाया वह माता नहीं वह पता नहीं कि अवतार च आया से परमात्मा मेरे मेरे को माता ने यानी कि बहुत ही लाइफ बदलती, नहीं तो मैं अज भी नौकरी करता होना सी वही कमीशन वाले काम करता होना सी बीमारियों के पैसे लाता होना सी, हुण मैं अपनी लाइफ तो बहुत खुश हाँ। तो सो मैं थोड़ा इमोशनल हाँ, मैं होर नहीं सूट खोल सकता, अगली वीडियो तुम ज़्यादा वरायटी दिखाऊंगा। मेरे वालों तुम्हें प्यार भरी सत श्रीकाल नमस्कार ते आदा। सो तुसी इत्थे वध तो वध आओ, बालियां गल्लां हुण करन दा फायदा नहीं, तुसी समझ ही गए हैं कहानियां जिहड़ियां आपां करदे सी लुट तुहाडी होणी नहीं, पैसे तुहाडे बचणे आ, घट टाइम च वधिया वरायटी तुहानू मिलनी आ, जदों इत्थे आउणा इज्जत माण पूरा मिलना, सेल्समैन बड़े रिस्पैक्ट नाल तुहाडे नाल गल करदे आ, जदों तुसी इत्थे आउणे आ इदां आउणा वी किसे दी दुकान ते चले आ, जदों इत्थों जाणा थोड़ा इदा लगना जिदा अपने किसी घर चो या रिश्तेदार के घरों उठ के वापस जाने उन्हें इदा की इतने आओ भगत होंगी हैगी। एक गल मैं तगड़ साहब तुम्हें कहना चाहूँगा, तुम इतने आके कि फील हों धर्म मानना जिन्होंने मनते हैं भाजी बहुत सोहना होंगे। आ देखो इदा बैठ हों कि रिलैक्स होकर बैठी दा तो लगता ही नहीं, तुम ये देखो सूँ यह होंगे भी पच्ची मिनट साढ़े हो गए हूँ अं जाइए है ना होर कित जावे, इतने जो आने भावें दो घंटे बिठाई रखो हजे भी मैं इदा लगता जब आप पांच मिनट होंगे शुरू हुए मैं लगता भी जस्सी कितना टाइम हो गया भी वो मेरा कैमरामैन कहता भी पैंती चाली मिनट हो गए इतने बैठे पर इदा लगता पांच मिनट हुए होंगे ना। सो तुसी स्क्रीन पर नंबर आ रहा कोई होर गलबात करनी होना कर लियो जी, धन्यवाद थोड़ा कैमरामैन जस्सी सिंह के नाल हरदीप सिंह तगड़ सान टीवी जलंधर।